ਅੱਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਅੰਤਰੀਵ ਰਹਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ ਹੈ, ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ, ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਬਚਨ ਪੜ੍ਹਨਿਆ, ਖੰਮ ਅੰਧਲੇ ਅੰਧ ਦਿਖੇ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਮ ਅੰਧਲੇ ਅੰਧ ਦਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ। ਸਤਿਗੁਰੂ ਸੁਖਾਂ ਦਾ ਦਾਤਾ, ਮੇਰ ਕਰੇ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ, ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ, ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ। ਖੰਮ ਅੰਧਲੇ ਅੰਧ ਦਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ। ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹਨਾ ਹੈ ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਅਗਲੇ ਬਚਨ ਮਹਾਰਾਜ ਚਾਲੀ ਕਿਵੇਂ ਚੱਲਿਆ ਜਾਂਦਾ? ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰ ਗਏ। ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾਂ ਸਬਜੈਕਟ ਜਾਂ ਸਭ ਤੋਂ ਪਹਿਲਾਂ ਉਪਦੇਸ਼ ਹੀ ਹੁਕਮ ਮੰਨਣਾ ਹੈ। ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ, ਉਹਨੂੰ ਭਲਾ ਕਰਕੇ ਮੰਨ ਲੈ। ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਖਜੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਅਸੀਂ ਸ਼ਬਦ ਦੀ ਰੋਸ਼ਨੀ ਵਿੱਚ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਦਿਸੇ। ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ। ਤੇ ਉਸੇ ਰਹਿਤ ਨੂੰ ਪਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ ਚਾਰ ਵਜਰ ਕਰੈਤਾਂ ਤੋਂ ਬਚਾਇਆ ਸੀ। ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹ ਸਵਾਲ ਕੀਤੇ ਨੇ, ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਉ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਨਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਨਾ, ਤੇ ਦੇਖੋ ਸਾਨੂੰ ਉੱਤਰ ਮਿਲੇਗਾ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿਸੈ ਗੁਰਸਿੱਖੜਾ,
इस निवनिव लागू पाए जियो आखा बिरथा जी की आखा बिरथा बिरथा दर्थ हुंदा अंदर दी पीड़ा अंदर दी लोड़ अंदर दी तड़प किन्ने मैं अपने अंदर दी बिरथा दस ना पियावा आखा बिरथा जी की गुर सज्जन ज्यो मिलाए जियो हे गुरु के सिखड़े गुरु के सिखा तैनू गुरु मिले ते मैं तेरे चरणा विच अपने अंदर दी बिरहा दस ना वा मेनू कृपा करके गुरु सज्जन मिला दे हो कि देखो जी तड़प होवे गुरु सज्जन नू मिलदी आखा बिरथा जी की गुर सज्जन दियो मिलाए जियो फिर किन्ने सोई दस उपदेशड़ा मेनू ओ उपदेश दस मेरा मन अनत ना काऊ जाए जियो जेड़ा मन रोज तड़पदा भजदा पिया एक हजार उपदेश सुना दे मेरा मन किसे दूजे पासे जाई ना कहन लगे फिर अगली तुक है कि जे मेनू एहो जिहा उपदेश दस दे ए मन अंत ना काऊ जाए जियो अगली तो के ए मन तै कू देव सा मैं अपना मन तेनू दे दिया मैं मार्ग देखो बताए जियो मेनू दस ता सही मेरे गुरु दे घर नू रस्ता की हो जांदा किवें तुरना मैं गुरु दे मार्ग ते ते मैं बेनती करा ए शब्द केवल गुरु जी दे अंदर दे आम कवियां वाले ख्याल नहीं ए तुर आत्मा दी आवाज है ते जे सिखा अज तू इन्हां नू मन लवे किते तेरे मन विच ना तड़प पैदा होवे किते कि मैं अपने सतगुरु गुरु कलगीधर तेरे मार्ग ते किवें चलां उत्थे तां तरले करके पुछदे पए ने सानू मार्ग दसो ते इत्थे गुरु के सिख रोज पुकार पुकार के कहिंदे ने लुकाई आ मार्ग गुरु दर नू जांदा इस मार्ग ते चलना शुरू कर दीजे साहब कहन लगे ए मन तै कू देव सा मैं मार्ग देहो बताए जियो हुण अगला वचन कीता कहन लगे हकीकत ऐ कि मैं बड़िया थावां ते भटकिया वा खौ आया दूरों चल के मैं तक्की तो शरणाए जियो मैं आसा रखी चित में मेरा सबो दुख गवाए जियो तुसी कृपा करो मैं बड़ी दूर तो चल के आया हुण देखो गुरसिख दा उत्तर की जेरे गुरसिख नू पुछिया आप जुड़िया सी ओने उत्तर विच इको ही गल कही कहन लगे भरावा जे इस मार्ग ते चलना ही जे ए मार्ग तू पुछना है सब तो पहली गल अपने मन दियां टुचरां नू त्याग दे अपनी मन जी खुजत नू छड दे कहन लगे इत मार्ग चले भाईड़े ओ मेरे भरा जे इस मार्ग ते चलना चाहना तू पुछना है कि मैं मार्ग दियो बताए जियो इत मार्ग चले भाईड़े गुर कहे सो कार कमाए जियो ते अगली तो के त्यागे मन की मतड़ी वे सारे दूजा पाओ जियो मन दी मत नू छड़ दे अपनी खौमे दी पंड नू सट दे ते जो गुरु तेनू कहिंदे ने ओनू सत बचन करके मन ताए मार्ग लभणे इत मार्ग चले भाईड़े गुर कहे सो कार कमाए जियो त्यागे मन की मतड़ी वे सारे दूजा पाओ जियो ते जदों मर्यादा मन लेगा ना इउ पावे हर दरसावड़ा न लगे तती वाह जियो इस मार्ग ते चलिया खरीदर दरसावड़ा ओदे दर्शन हुंदे ने तेनू तती वाह नहीं लगेगी तीसरा प्रमाण अर्ज करा के हुक्म मन के मार्ग ते चलिया जाने हजूर ने एक बचन कहे असि पढ़ने बड़ी बारी हजूर कहिंदे ने असल विच गुरु का सिख होवे गुरु का रिश्तेदार ओ है गुरु का पुत्र ओ है गुरु का मित्र ओ है महाराज कौन कहन लगे जेड़े गुरु दे पाने नू सतगुरु दे हुक्म नू सत करके मानदे ने ते जेड़े गुरु दे हुक्म नू एक पासे छड के अपनी मन मत करदे ने गुरु ग्रंथ साहिब कहिंदे ने विछड़ के हमेशा ओ चोटे खांदे उथे गल हुक्म दी कीती कहन लगे सो सिख सखा बंदत है भाई हुण देखो किन्ने प्यारे शब्द वरते ने किन्ने साडा सिख भी होवे रिश्तेदार भी ओ है भरा भी ओ है मित्र भी ओ मनुख है कौन जेड़ा सतगुरु दे भाणे विच आउंदा है जेड़ा गुरु दे हुक्म नू मंदा है सो सिख सखा बंदत है भाई जे गुर कै भाणे विच आवे अपने भाणे जो चले भाई विछड़ चोटा खावे जेड़ा अपने भाणे विच मन मतड़ी करेगा अपनी खौमे विच चलेगा ओ विछड़ेगा ते विछड़े होए हमेशा जेड़े ने ओ चोटा खांदे ने मैं बेनती आरंभ कर लगा के पहली गल बिना किसे तुचर तो
ਭਾਵੇਂ ਅਸੀਂ ਕਹਿ ਦਿਆਂਗੇ ਅਰਥ ਕਰਾਂਗੇ ਕਕਾਰਾਂ ਦੇ ਅਰਥ ਕੀ ਨੇ, ਚਾਰ ਬੱਜਰ ਕਰੈਤਾਂ ਤੋਂ ਕਿਉਂ ਬਚਣਾ ਹੈ। ਮੈਂ ਕਹਿੰਦਾ ਸਿੱਖ ਨੂੰ ਹੁਕਮ ਸ਼ਬਦ ਕਦੀ ਨਹੀਂ ਭੁੱਲਣਾ ਚਾਹੀਦਾ, ਜੋ ਗੁਰੂ ਹੁਕਮ ਕਰਦਾ ਹੈ ਨਾ ਉਹਨੂੰ ਸਤ ਬਚਨ ਕਰਕੇ ਮੰਨਣ ਵਿੱਚ ਹੀ ਜ਼ਿੰਦਗੀ ਵਿੱਚ ਭਲਾ ਹੁੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਪ੍ਰਮਾਣ ਹੋਰ ਦੇ ਕੇ ਅੱਗੇ ਚੱਲਣਾ। ਸਤਿਗੁਰੂ ਕਹਿੰਦੇ ਨੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਹੈ, ਆਪਾਂ ਬਾਣੀ ਪੜ੍ਹਨੇ ਆ ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਾ ਅਰਦਾਸ ਕਰਨੇ ਆ। ਭਾਵੇਂ ਘਰ ਪੜ੍ਹੀਏ, ਭਾਵੇਂ ਗੁਰੂ ਘਰ ਬੈਠ ਕੇ ਪੜ੍ਹੀਏ, ਗੁਰੂ ਕੇ ਵਜ਼ੀਰ ਜਾਂ ਅਰਦਾਸੀਆ ਸਿੱਖ ਕਹਿੰਦਾ ਦਾਤਾ ਜੀ ਕਿਰਪਾ ਕਰਿਓ ਕਿ ਪੜ੍ਹੀ ਸੁਣੀ ਵਿਚਾਰੀ ਸੇਵਾ ਕੀਤੀ ਹੋਈ, ਬਾਣੀ ਪੜ੍ਹੀ ਸੁਣੀ ਤੇ ਕੀਤੀ ਹੋਈ ਸੇਵਾ ਆਪਣੀ ਦਰਗਾਹ ਪ੍ਰਵਾਨ ਕਰਿਓ। ਕਈ ਕਹਿੰਦੇ ਨੇ ਸੱਚਖੰਡ ਪ੍ਰਵਾਨ ਕਰਿਓ, ਕਈ ਗੁਰਮੁਖ ਕਹਿੰਦੇ ਨੇ ਆਪਣੇ ਘਰ ਪ੍ਰਵਾਨ ਕਰਿਓ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਆਪਾਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਓ, ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੀ ਕਈ ਹੋਈ ਅਰਦਾਸ ਪ੍ਰਵਾਨ ਹੋ ਗਈ। ਸਵਾਲ ਹੈ ਨਾ, ਕਹਿ ਕੇ ਚਲੇ ਗਏ ਕਿ ਪ੍ਰਵਾਨ ਕਰਿਓ ਜੀ, ਅੱਗੋਂ ਕਿਤੇ ਉੱਤਰ ਮਿਲਿਆ ਵੀ ਪ੍ਰਵਾਨ ਹੋਈਏ ਕਿ ਨਹੀਂ, ਕਿ ਅਸੀਂ ਜੋ ਕੁਛ ਕਿਹਾ ਗੁਰੂ ਜੀ ਨੇ ਉਹਨੂੰ ਪ੍ਰਵਾਨ ਕੀਤਾ ਕਿ ਨਹੀਂ। ਸਤਿਗੁਰੂ ਗੁਰੂ ਹਰਿ ਸਾਹਿਬ ਨੇ ਇੱਕ ਸਵਾਲ ਕੀਤਾ ਸੀ ਸਿੱਖਾਂ ਨੇ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ। ਕਹਿਣ ਲੱਗੇ ਦਾਤਾ ਜੀ ਕਿ ਬਾਣੀ ਵਿੱਚ ਵਾਰ ਵਾਰ ਹੁੰਦਾ ਮਨ ਨੂੰ ਜਗਾਓ, ਵਾਰ ਵਾਰ ਹੁੰਦਾ ਜਾਗ ਲਿਖੋ ਰੇ ਮਨਾ ਜਾਗ ਲਿਖੋ, ਵਾਰ ਵਾਰ ਅਸੀਂ ਪੜ੍ਹਨੇ ਆ ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ। ਸਾਹਿਬ ਜੀ ਇੱਕ ਗੱਲ ਸਾਨੂੰ ਦੱਸੋ ਕਿ ਸਰੀਰਕ ਦੇ ਤੌਰ ਸਰੀਰ ਦੇ ਪੱਧਰ ਤੇ ਜਾਗਣ ਦਾ ਪਤਾ ਹੈ ਕਿ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਅੱਖਾਂ ਖੁੱਲੀਆਂ ਜਾਂ ਨੀਂਦ ਤੋਂ ਉੱਠੇ ਤੇ ਪਤਾ ਲੱਗ ਗਿਆ ਵੀ ਅਸੀਂ ਜਾਗ ਗਏ ਹਾਂ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਸ ਮਨ ਨੂੰ ਜਗਾਉਣ ਦੀ ਗੱਲ ਪੈ ਕਰਦੇ ਹੋ ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਹੈ, ਇਹ ਜਾਗਣਾ ਸ਼ੁਰੂ ਹੋ ਗਿਆ। ਇੱਕ ਸਵਾਲ ਸੀ ਕਿ ਮਹਾਰਾਜ ਕਿਵੇਂ ਸਮਝ ਪਏ ਕਿ ਸੁੱਤਾ ਹੋਇਆ ਜਾਗ ਗਿਆ। ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਤੇ ਇਤਿਹਾਸਕਾਰਾਂ ਨੇ ਉਹਨੂੰ ਆਪਣੀ ਗ੍ਰੰਥਾਂ ਵਿੱਚ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖਾਂ ਤੂੰ ਰੋਜ਼ ਜਪਜੀ ਸਾਹਿਬ ਪੜ੍ਹਨਾ, ਕਈ ਵਾਰੀ ਵੱਧਾ ਰੁੱਧਾ ਟਾਈਮ ਪਾਸ ਕਰਨਾ ਵੀ ਛੇਤੀ ਖਤਮ ਹੋਵੇ। ਹਕੀਕਤ ਇਹ ਬੰਦੇ ਦੇ ਅੰਦਰ ਦੀ ਅਵਸਥਾ, ਸੁਖਮਨੀ ਸਾਹਿਬ ਦਾ ਪਾਠ ਕਰਨੇ ਆ ਤੇ ਯਤਨ ਕਰਨੇ ਆ ਛੇਤੀ ਸਮਾਪਤੀ ਹੋ ਜਾਏ। ਪੜ੍ਹਦੇ ਜ਼ਰੂਰ ਆ ਪਰ ਮਨ ਦਾ ਟਿਕਾ ਨਹੀਂ ਬਣਦਾ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜਿਸ ਦਿਨ ਜਪ ਪੜ੍ਹਦੇ ਆ, ਜਿਸ ਦਿਨ ਸੁਖਮਨੀ ਪੜ੍ਹਦੇ ਆ, ਜਿਸ ਦਿਨ ਆਨੰਦ ਪੜ੍ਹਦੇ ਆ, ਸੱਜਣਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਜੁੜੇ ਤੇ ਗੁਰੂ ਦੀ ਇੱਕ ਇੱਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਜਾਏ, ਉਦਨ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਏ। ਜਦੋਂ ਬਾਣੀ ਪਿਆਰੀ ਲੱਗੇ ਉਦੋਂ ਸਮਝੀ ਤੇਰਾ ਅੰਦਰ ਜਾਗਿਆ। ਤੇ ਸਾਹਿਬ ਨੇ ਜਿਹੜੇ ਬਚਨ ਕਹਿ ਕਵੀ ਸੰਤੋਖ ਸਿੰਘ ਨੇ ਉਹਨਾਂ ਨੂੰ ਕਲਮਬੰਦ ਕੀਤਾ ਤੇ ਸ਼ਬਦ ਵਰਤੇ ਨੇ ਮਨ ਜਾਗੇ ਕੀ ਇਹ ਨਿਸ਼ਾਨੀ, ਕਿ ਮਨ ਜਾਗਣ ਦੇ ਇਹ ਲੱਛਣ ਨੇ ਚਿੰਨ ਨੇ ਕੀ ਹੈ। ਕਹਿਣ ਲੱਗੇ ਮਿੱਠੀ ਲੱਗੇ ਤ੍ਰੈ ਕੀ ਬਾਣੀ, ਜਦੋਂ ਪਤੀ ਪਰਮਾਤਮਾ ਗੁਰੂ ਦੀ ਬਾਣੀ ਮਿੱਠੀ ਲੱਗੇ ਉਦੋਂ ਸਮਝੀ ਮੇਰਾ ਮਨ ਜਾਗਣ ਲੱਗ ਪਏ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਸਮਾਗਮ ਕੀਤਾ, ਕਥਾ ਕੀਰਤਨ ਹੋਈ, ਕਹਿ ਦਿੱਤਾ ਗੁਰੂ ਸਾਹਿਬ ਜੀ ਕਿ ਸਾਡੀ ਅਰਦਾਸ ਪ੍ਰਵਾਨ ਕਰਿਓ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਿਓ। ਤੇ ਮੈਂ ਇੱਕ ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਨ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ, ਉਸ ਤੋਂ ਪਹਿਲਾਂ ਨਹੀਂ। ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਨ ਸਭ ਆਵੇ, ਕਿ ਸਾਰੇ ਸਿੱਖ ਆਉਂਦੇ ਨੇ, ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਪਰ ਅਗਲਾ ਬਚਨ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਜਿਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਹਕੀਕਤ ਏਵੇ ਗੁਰੂ ਕੇ ਸਿੱਖੋ ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ। ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ
کہ حکم من لے گرو دے بچن نو من لے ہن اس تو اگے چلیے کرپالو سات گرو نے اینی پمیر کیتی ہے کہ جتھے اسی کتھنی دی گل کرنے ہاں اوتے حضور نے کرنی نو بڑی اچھی مہانتا دتی کتھنی دی بھی بڑی بڑی گل ہے کہ گل دا کتھن کرنا پر کتھن تو اچھی گل ہے کہ اونوں اپنی زندگی دے وچ ٹال لینا صاحب تان گرو گرنتھ صاحب دے بچنا وچ آئیے کہ دیکھو حضور نے جدو امرت دی دات سانو بخشش کیتی ہے انہاں نے سانو رہت کرپا کر کے اندر دی دتی تے سانو پانچ ککار بار دی رہت دی بخشش کیتی کرپالو سات گرو نے میر کیتی سانو بجر کرتاں تو بچایا میرا تے داتے کرپالو جی نے کرپا کر کے سانو شبد دی پریت کرن دی داد دتی ہن بینتی کرنی چاہنا کہ دیکھو گرو گرنتھ صاحب دے شبداں وچوں سانو ہر سوال دا اتر ملے گا اسی پوچھنے سکھ کون ہے جاں کیا جاندہ ہے سنت کون ہے برہم گیانی کون ہے بھگت کون ہے تے تن گرو گرنتھ صاحب کرپالو جی اینا سوالاں دا اتر امرت گربانی وی دین دین سب تو پہلی بینتی کہ گر سکھ کون ہے ہنے کہہ دینا سی اندر دی رہت ماننے پیا جی میں کہنا گرمخو کہنا بہت سوکھا ہے اندر دی رہت مننی کوئی خالہ جی دا واڑا نہیں کدی دیکھو کہ اندر دی رہت ماننے آ کہ خاک پر آیا نانکا اس سور اس گائیں گر پیر خاما تا پرے جام اردار نہ کھائے کہ اندر دی رہت ماننے پیا پر پریا روپ نہ پیکھا نیتر سانجھ کی تیل سنت سنگیت کہ اندر دی رہت ماننے آ بابا خور کھانا خوشی خوار جت کھاد ہے تن پیڑی ہے من میں چلے بیکار کی اندر دی رہتے مننے گا جالوں ایسی ریت جت میں پیارا وسرے نانک سائی پلی پریت جت صاحب شیتی پت رہے کدی کوئی اے اندر دی رہت نو کمائے گا کہ اوگن چھاڑ گناہ کو تابو کر اوگن پچھتائی جیو کدی کوئی اے رہت کمائے گا کہ گناہ کا ہو وے واسلا کد واس لئی جائے جے گن ہو بن ساجنا مل سانجھ کری جائے سانجھ کری جائے گناہ کیری چھاڑ افغن چلی جائے کدی اینا گناہ نو کوئی گرہن کر سکے گا میں بینتی کرنی چاہنا کہ گرو کے سکھو سکھ دی پرباشا کی گرو گرنتھ صاحب دی شبد دی روشنی وچ کرپالو سات گرو تن گرو رام دا سچے پتا جی اونا دا شبد اے سلوک آپ سب نو چیتے وے شروعات کیتی نے سکھ تو تے شبد دی سلوک دی سمپورنتا کیتی ہے گر سکھ تے سکھ تو شروع کیتا ہے گر سکھ تے سمپورنتا کیتی ہے شبد آرمب کر دینے کہ جیڑا اپنے آپ نو گرو نانک صاحب دا سکھ اخواندہ ہے اے تے شبد اخوانا ورتے کہ جیڑا اے کہندا ہے کہ میں بابے نانک دا سکھ ہاں صاحب کہندے سب تو پہلی گل کہ وہ سویرے اٹھ دیا سار گرو دے دتے کوئی منتر دا جاب کردا ہے دیکھو یہ رہت ہے سکھ دی کہ سویرے امرت ویلے اٹھ دیا سار گرو کا سکھ اس گرو دے بخشے کوئی منتر نو جپدا ہے تے انہاں پرباشا دتی جیڑا سکھ کہاندا ہے سب تو پہلا پڑھ کے اٹھ کے نام نو تیاہے گا پھر کی کردا ہے کہن لگے ادم کردا ہے آلس نہیں اشنان کرے گا ست سنگت بھی جائے گا گرو تے دتے کوئی اپدیش نو جپے گا تے او دے پاپ کچے جاندے نے دین چڑھ دے پھر گرو کی بانی گوندا ہے بیندیاں نو اچ دیاں نو نام کوئی نہیں بھلدا تے کہندے سچ جانو جیڑا سانس گراس میرے گرو نو تیاوندا ہے او میرے گرو نو چنگا لگدا ہے پر اے دات انہاں نو ملی جنہاں اُتے گرو دیالو ہو گیا تے جنہ سکھاں دا جیون اینا اچا ہو جائے تن گرو رام داس کہندے نے انہاں دے چرنا دی توڑ مینوں مل جا پیارے ہو سکھ شبد کہنا بہت سوکھا ہے حضور نے شبد ورتے گر ست گر کا جو سکھ اخائے جے تو خانہ میں بابے نانک دا سکھ ہاں تے تیری زندگی دی اندر دی رہت پہلی مریادا ای کہ امرت ویلے اٹھ کے نام بھی جڑی گر ست گر کا جو سکھ اخائے سو پلکے پلکے دا ارتھ سویرا امرت ویلا صاحب نے شبد ورتے سو پلکے اٹھار نام تیاوے اتم کرے پلکے پر باتی اشنان کرے امرت سرناوے اپدیش گرو خر ہر جپ جاپے
ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਪੁੱਛਦਿਆਂ ਹਰਨਾਮ ਧਿਆਵੇ। ਬਹੁਤ ਸਿੱਖ ਐਸੇ ਮਿਲਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਨੇ ਗਾਉਂਦੇ ਨੇ। ਬੇਅੰਤ ਐਸੇ ਮਿਲਣਗੇ ਜਿਨ੍ਹਾਂ ਨੂੰ ਹਕੀਕਤ ਵਿੱਚ ਸੱਚ ਜਾਣੋ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਆਪ ਉਹਨਾਂ ਨੇ ਦਰਸ਼ਨ ਵੀ ਨਹੀਂ ਕੀਤੇ, ਆਪ ਪਾਠ ਵੀ ਨਹੀਂ ਕਰਕੇ ਦੇਖਿਆ ਹੁੰਦਾ। ਤੇ ਗੁਰਮੁਖੋ, ਜਿਤਨੀ ਦੇਰ ਤੱਕ ਆਪਣਾ ਅੰਦਰ ਗੁਰੂ ਵੱਲ ਨਹੀਂ ਜੋੜਦੇ, ਓਨੀ ਦੇਰ ਤੱਕ ਟਿਕਾ ਨਹੀਂ। ਸਾਹਿਬ ਨੇ ਸ਼ਬਦ ਵਰਤੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਪੁੱਛਦਿਆਂ ਹਰ ਨਾਮ ਧਿਆਵੇ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਉਹ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਪਹਿਲਾ ਸ਼ਬਦ ਸੀ ਸਿੱਖ, ਤੇ ਅਖੀਰ ਤੇ ਸੰਪੂਰਨਤਾ ਕੀਤੀ ਗੁਰ ਸਿੱਖ। ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪੇ ਗੁਰ ਚੇਲਾ ਦੀ ਖੇਡ ਚਲਾਈ, ਪਹਿਲਾ ਸਿੱਖ ਕਿ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਤੇ ਅਖੀਰ ਤੇ ਕਹਿਣ ਲੱਗੇ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਹੁਣ ਅਗਲੀ ਤੋਕੇ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ। ਸ਼ਬਦ ਸਿੱਖ ਨੇ ਕੱਲਾ ਵਰਤਿਆ, ਗੁਰ ਸਿੱਖ ਕੀ, ਤੇ ਨਾਲ ਤੋਂ ਕਹਿ ਦਿੱਤੀ ਜੋ ਆਪ ਜਪੈ ਅਵਰੈ ਨਾਮ ਚਪਾਵੇ। ਗੁਰ ਸਿੱਖ ਕਿਉਂ? ਪਹਿਲਾ ਸੀ ਸ਼ਬਦ ਸਿੱਖ, ਸਿੱਖੀ ਨੂੰ ਕਮਾਨ ਤੁਰਿਆ, ਤੇ ਕਹਿੰਦੇ ਨੇ ਸੱਚ ਜਾਣੀ ਜੇ ਤੂੰ ਬਾਣੀ ਨਾਲ ਜੁੜੇਗਾ, ਨਾਮ ਨਾਲ ਜੁੜੇਗਾ, ਉੱਠਦਿਆਂ ਬਹਿੰਦਿਆਂ ਤੈਨੂੰ ਕਦੀ ਵੀ ਕਰਤਾਰ ਭੁੱਲੇ ਨਾ। ਤੇ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਏ, ਤੇ ਗੁਰੂ ਕੰਮ ਕੀ ਕਰਦੇ ਨੇ, ਗੁਰੂ ਨਾਮ ਦ੍ਰਿੜ ਕਰਾਉਂਦੇ ਨੇ। ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਆਪ ਨਾਮ ਜਪਦਾ ਹੈ, ਆਪ ਜਪਣਾ ਸਿੱਖ ਦਾ ਕਰਮ ਹੈ, ਤੇ ਜਪਾਣਾ ਗੁਰੂ ਦਾ ਕੰਮ ਹੈ। ਗੁਰ ਸਿੱਖ ਸ਼ਬਦ ਹੀ ਤਾਂ ਬਣਿਆ ਕਿ ਜਿਸ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਹੋਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵੜੇ ਨਾਮ ਜਪਾਵੇ। ਹੁਣ ਤੱਕੋ ਸਿੱਖ ਦੀ ਰਹਿਤ ਮੈਂ ਸੰਖੇਪ ਵਿੱਚ ਅਰਜ ਕਰ ਰਿਹਾ ਵਾਂ। ਇਸ ਤੋਂ ਅੱਗੇ ਅਸੀਂ ਸ਼ਬਦ ਸੰਤ ਵੀ ਪੜ੍ਹਨੇ, ਬਾਣੀ ਵਿੱਚ ਬੜੀ ਵਾਰੀ ਆਏ। ਹੁਣ ਸੰਤ ਦੀ ਰਹਿਤ ਕੀ ਹੈ? ਦੇਖੋ, ਸਤਿਗੁਰੂ ਕਿਰਪਾ ਕਰੇ, ਮੇਲ ਕਰੇ, ਕਿਸੇ ਲਈ ਨਿੰਦਿਆ ਵਾਲੇ ਸ਼ਬਦ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਕਿ ਸੰਤ ਦੀ ਮਰਿਆਦਾ ਕੀ ਹੈ? ਆਖਰ ਸਿੱਖ, ਸੰਤ, ਬ੍ਰਹਮ ਗਿਆਨੀ, ਭਗਤ ਸ਼ਬਦ ਅਸੀਂ ਵਰਤਨੇ ਆ, ਗੁਰਮੁਖ ਵਰਤਨੇ ਆ, ਇਹਨਾਂ ਦੀ ਜ਼ਿੰਦਗੀ ਦੀ ਕੋਈ ਮਰਿਆਦਾ ਤੇ ਹੈ? ਸਤਿਗੁਰੂ ਨੇ ਸੰਤ ਦੀ ਮਰਿਆਦਾ ਜਦੋਂ ਦਿੱਤੀ ਨਾ, ਜਦੋਂ ਕਮਾਲ ਦੇ ਬਚਨ ਕਹੇ, ਤੇ ਨਾਲ ਖਾਸ ਕਰਕੇ ਸ਼ਬਦ ਵਰਤਿਆ ਕਿ ਰਹਾਉ ਦੀ ਤੁਕ ਆਉਂਦੀ ਏ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਰੱਬ ਦੇ ਪਿਆਰਿਓ, ਆਓ ਮੈਂ ਸੰਤ ਦੀ ਰਹਿਤ ਤੁਹਾਨੂੰ ਦੱਸਾਂ, ਤੇ ਸੰਤ ਦੀ ਰਹਿਤ ਨੂੰ ਕੋਈ ਬਿਆਨ ਕਿਵੇਂ ਕਰ ਸਕਦਾ? ਕਹਿੰਦੇ ਫਿਰ ਯਤਨ ਕਰਾਂਗਾ ਕਿ ਦੱਸਣ ਲਈ ਕਿ ਉਹ ਰੱਬੀ ਪਿਆਰੇ ਸੰਤ ਜਨ ਉਹਨਾਂ ਦਾ ਜੀਵਨ ਕੈਸਾ, ਤੇ ਸ਼ਬਦ ਕੀ ਵਰਤੇ। ਕਹਿੰਦੇ ਨੇ ਸੰਤ ਦਾ ਪਹਿਲਾ ਲੱਛਣ ਇਹ ਵੇ ਕਿ ਉਹ ਰੱਬ ਦੇ ਭਾਣੇ ਅੱਗੇ ਸਾਹਮਣੇ ਕਦੀ ਵੀ ਤਰਕ ਨਹੀਂ ਕਰਦਾ, ਪ੍ਰਭੂ ਦੇ ਭਾਣੇ ਨੂੰ ਸੱਚ ਕਰਕੇ ਮੰਨਦਾ। ਕੋਈ ਸਮਾਂ ਐਸਾ ਨਹੀਂ ਜਦੋਂ ਸੰਤ ਦਾ ਅੰਦਰ ਰੱਬ ਦੇ ਚਰਨਾਂ ਤੋਂ ਦੂਰ ਜਾਵੇ। ਅਗਲਾ ਉਹਦਾ ਲੱਛਣ ਇਹ ਵੇ, ਉਹਦੇ ਸਾਹਮਣੇ ਮਿੱਤਰ ਆ ਜਾਏ, ਦੁਸ਼ਮਣ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਵੀ ਫਰਕ ਨਹੀਂ ਪੈਂਦਾ, ਉਹ ਮਿੱਤਰ ਤੇ ਦੁਸ਼ਮਣ ਲਈ ਸਮ ਦ੍ਰਿਸ਼ਟੀ ਰੱਖਦਾ। ਕਹਿੰਦੇ ਨੇ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਹੈ, ਤੇ ਕਹਿੰਦੇ ਨੇ ਇੰਨੀ ਉਹਦੇ ਕੋਲ ਤਾਕਤ ਹੈ ਕਿ ਇੱਕ ਬਚਨ ਕਰੇ ਤੇ ਕਰੋੜਾਂ ਜਨਮਾਂ ਦੇ ਪਾਪੀਆਂ ਦੇ ਪਾਪ ਕਰ ਸਕਦਾ ਹੈ। ਇਹ ਸੰਤ ਦੀ ਰਹਿਤ ਹੈ, ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ। ਹਜ਼ੂਰ ਦਾ ਸ਼ਬਦ ਆਰੰਭ ਹੁੰਦਾ ਹੈ, ਆਠ ਪੈਰ ਨਿਕਟ ਕਰ ਜਾਣੈ, ਜਿਹੜਾ ਅੱਠੇ ਪੈਰ ਸਾਈ ਨੂੰ ਅੰਗ ਸੰਗ ਸਮਝਦਾ, ਮੈਂ ਦੋ ਚਾਰ ਪ੍ਰਮਾਣ ਦੇ ਕੇ ਆਉਣਾ ਰਹਿਤ ਵਾਲੀ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਹੈ, ਹੋਏ ਰਹੇ ਸਭ ਕੀ ਪਗਸਾਰ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛਤਰ ਜਾ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਸੰਤ ਕੋਲ ਇੰਨੀ ਤਾਕਤ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੰਤ ਕੌਣ ਹੈ? ਕਹਿਣ ਲੱਗੇ ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ, ਜਿਹੜੇ ਬਚਨ ਕੇ ਬਲੀ ਨੇ, ਬਹਾਦਰ ਸੂਰਮੇ ਨੇ, ਸਿਰ ਚਲਾ ਜਾਂਦਾ ਪਰ ਆਪਣੇ ਬਚਨ ਤੋਂ ਕਦੀ ਉਹ ਥਿੜਕਦੇ ਨਹੀਂ।
ਉਹਦੇ ਸੰਤ ਤੇ ਮਹਾਰਾਜ ਕਿਰਪਾਲੂ ਜੀ ਬ੍ਰਹਮ ਗਿਆਨੀ ਦੀ ਰਹਿਤ ਕੀ ਸ਼ਬਦ ਸਾਰੇ ਇੱਕ ਦੂਜੇ ਦੇ ਨੇੜੇ ਨੇੜੇ ਢੁਕਦੇ ਨੇ। ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਮਿਹਰ ਕੀਤੀ। ਮੈਂ ਇਸ ਕਰਕੇ ਫਿਰ ਬੇਨਤੀ ਕਰਦੇ ਹਾਂ ਕਿ ਮੈਂ ਕੇਵਲ ਕਥਾ ਵਾਚਕ ਹਾਂ, ਸ਼ਬਦਾਂ ਦੇ ਅਰਥ ਕਰਨਾ ਪਿਆਵਾਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਜਿਹੜੇ ਇਸ ਮੰਡਲ ਵਿੱਚ ਵਿਚਰਦੇ ਪਏ ਨੇ, ਬਸ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਹੈ। ਸਾਹਿਬ ਕਿਰਪਾਲੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੱਤੀ ਤੇ ਦੇਖੋ ਹਜ਼ੂਰ ਦਾ ਇੱਕ ਸ਼ਬਦ ਗੁਰੂ ਤੇਗ ਬਹਾਦਰ ਦਾ ਸੀ ਪੜ੍ਹਨੇ ਆ, ਕਿਰਪਾਲੂ ਸਤਿਗੁਰੂ ਦਾ ਸੋਰ ਚਲਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ। ਬ੍ਰਹਮ ਗਿਆਨੀ ਕੌਣ ਹੈ? ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਬ੍ਰਹਮ ਗਿਆਨ ਜਿਹਨੂੰ ਹੋ ਗਿਆ ਉਹ ਦੁੱਖ ਵਿੱਚ ਦੁਖੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੇ। ਹੁਣ ਇੱਕ ਇੱਕ ਤੁਕ ਦੇ ਜਿੰਨੇ ਮਰਜ਼ੀ ਤੁਸੀਂ ਵਿਸਤਾਰ ਕਰੀ ਜਾਓ। ਕੰਚਨ ਮਾਟੀ ਮਾਨੇ ਨਹਿ ਨਿੰਦਿਆ ਨਹਿ ਉਸਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਾਂ ਪਰਸਾ ਨਾਹਨ ਤੇ ਘੱਟ ਬ੍ਰਹਮ ਨਿਵਾਸਾ, ਤੇ ਘੱਟ ਬ੍ਰਹਮ ਨਿਵਾਸਾ ਹੈ ਬ੍ਰਹਮ ਗਿਆਨੀ ਹੈ। ਤੇ ਦਾਤਾ ਜੀ ਇਹ ਅਵਸਥਾ ਕਿਵੇਂ ਮਿਲਦੀ ਹੈ? ਗੱਲ ਫਿਰ ਆ ਕੇ ਗੁਰੂ ਤੇ ਮੁਕੀ, ਕਹਿਣ ਲੱਗੇ ਗੁਰ ਕਿਰਪਾ ਜੇ ਨਰਕੋ ਕੀ ਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ, ਸੰਗ ਪਾਨੀ ਪਿਆਰਿਓ। ਇਹ ਬ੍ਰਹਮ ਗਿਆਨੀ ਹੈ, ਇਹ ਸੰਤ ਹੈ, ਇਹ ਗੁਰ ਸਿੱਖ ਹੈ। ਉਸ ਤੋਂ ਅੱਗੇ ਪੁੱਛੀਏ ਦਾਤਾ ਜੀ ਫਿਰ ਭਗਤ ਦੀ ਪਰਿਭਾਸ਼ਾ ਕੀ, ਭਗਤ ਕਿਹਨੂੰ ਕਿਹਾ ਜਾਂਦਾ? ਮੇਰੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ ਤੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਹਜ਼ੂਰ ਨੇ ਤਿੰਨ ਪ੍ਰਮਾਣ ਉਹਨਾਂ ਦੀ ਜ਼ਿੰਦਗੀ ਦੇ ਦਿੱਤੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਨੇ ਆ। ਭਗਤ ਦੀ ਪਰਿਭਾਸ਼ਾ ਦਿੰਦਿਆਂ ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਭਗਤ ਹੋਵੇ ਜਿਹਦੇ ਕੋਲ ਮਤ ਬੜੀ ਹੈ ਪਰ ਦੁਨੀਆਂ ਵਿੱਚ ਅਣਜਾਣਾ ਬਣ ਕੇ ਰਹਿੰਦਾ। ਦੂਜਾ ਬਚਨ ਕੀਤਾ, ਭਗਤ ਹੋਵੇ ਜਿਹਦੇ ਕੋਲ ਤਾਕਤ ਬੜੀ ਹੈ ਪਰ ਨਿਤਾਣਾ ਬਣ ਕੇ ਰਹਿੰਦਾ। ਤੇ ਤੀਜਾ ਬਚਨ ਕੀਤਾ, ਭਗਤ ਹੋਵੇ ਭਾਵੇਂ ਆਪਣੇ ਕੋਲ ਇੱਕ ਤਿਲ ਵੀ ਹੋਵੇ ਤੇ ਤਿਲ ਵੀ ਲੋਕਾਂ ਵਿੱਚ ਵੰਡ ਦਿੰਦਾ ਹੈ। ਸਾਹਿਬ ਨੇ ਸ਼ਬਦ ਵਰਤੇ ਤੇ ਕਹਿਣ ਲੱਗੇ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਇਹ ਕੋ ਜੈ ਨੂੰ ਭਗਤ ਕਿਹਾ ਜਾਂਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਇਸ ਕਰਕੇ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਜਿਹੜੇ ਅਸੀਂ ਅਰਥ ਕੀਤੇ ਨੇ, ਪਿਆਰਿਓ ਬਾਹਰ ਦੀ ਰਹਿਤ ਰਤ ਰੱਖਣੀ ਤਾਂ ਜੇ ਸੁਖੈਣ ਜਾਪਦੀ ਏ, ਇਸ ਅੰਦਰ ਦੀ ਰਹਿਤ ਨੂੰ ਕਮਾਣਾ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ। ਹਜ਼ੂਰ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਚੁਲੇ ਉਹਨਾਂ ਨੂੰ ਛਕਾਏ ਨੇ, ਪੰਜ ਨੇਤਰਾਂ ਵਿੱਚ ਪਾਏ ਨੇ, ਪੰਜ ਕਿਰਪਾਲੂ ਸਤਿਗੁਰੂ ਨੇ ਸੀਸ ਦੇ ਵਿੱਚ ਪਾਏ ਨੇ ਤੇ ਨਾਲ ਬਚਨ ਕਹੇ ਨੇ ਕਿ ਆ ਰਹਿਤਾਂ ਦੇ ਤੇ ਆ ਕੁਰਹਿਤਾਂ ਦੇ। ਜਦੋਂ ਅਸੀਂ ਰਹਿਤ ਦੀ ਗੱਲ ਕਰਨੇ ਆ ਤੇ ਰਹਿਤ ਦੀ ਗੱਲ ਕਰਦੇ ਆ, ਸਭ ਤੋਂ ਪਹਿਲਾਂ ਸਾਡੇ ਕਕਾਰਾਂ ਦੀ ਗੱਲ ਸ਼ੁਰੂ ਹੋਵੇਗੀ। ਤੇ ਮੈਂ ਯਤਨ ਕਰਾਂਗਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਦੇ ਨੇ, ਦਾਵਾ ਕੋਈ ਨਹੀਂ, ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰ ਸਕੀਏ। ਸਾਹਿਬ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਦੇਣ ਤੋਂ ਬਾਅਦ ਹਜ਼ੂਰ ਨੇ ਫਿਰ ਰਹਿਤਾਂ ਦ੍ਰਿੜ ਕਰਾਈਆਂ ਨੇ। ਸਭ ਤੋਂ ਪਹਿਲਾ ਬਚਨ ਕੀਤਾ, ਕੇਸ ਜਿਹੜੇ ਨੇ ਇਹ ਰਹਿਤ ਵਿੱਚ ਵੀ ਆਉਂਦੇ ਨੇ ਤੇ ਸੱਚ ਜਾਣੋ ਕੁਰਹਿਤ ਵਿੱਚ ਵੀ ਕੇਸ ਸ਼ਬਦ ਆਉਂਦਾ ਹੈ, ਕਿਉਂਕਿ ਕੇਸਾਂ ਦੀ ਮਹਾਨਤਾ ਕਿੰਨੀ ਕੁ ਹੋਵੇ। ਤੁਸੀਂ ਸਿਆਣੇ ਬੈਠੇ ਹੋ, ਜਦੋਂ ਰੋਜ਼ ਅਰਦਾਸ ਹੁੰਦੀ ਹੈ ਨਾ ਤੇ ਅਸੀਂ ਸਤਿਗੁਰੂ ਦੇ ਦਰ ਤੋਂ ਇੱਕ ਦਾਤ ਮੰਗਦੇ ਹਾਂ ਤੇ ਮੈਂ ਸੋਚਣਾ ਬਣਾ ਰੋਜ਼ ਅਰਦਾਸ ਕਰਕੇ ਮੰਗਣਾ ਵੀ ਪਿਆ ਤੇ ਜੇ ਗੁਰੂ ਦਿੰਦਾ ਉਹਨੂੰ ਤੂੰ ਲੈਣ ਲਈ ਤਿਆਰ ਵੀ ਨਹੀਂ ਹੁੰਦਾ, ਮੰਗਣਾ ਵੀ ਹੈ। ਅਸੀਂ ਇੱਕ ਤਾਂ ਅਰਦਾਸ ਵੀ ਸ਼ਬਦ ਵਰਤਨੇ ਆ, ਜਿਨ੍ਹਾਂ ਨੇ ਕਕਾਰਾਂ ਦੀ ਭਗਤੀ ਕੀਤੀ, ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ, ਤੇ ਉਹਨਾਂ ਬਾਰੇ ਰੋਜ਼ ਅਸੀਂ ਪੜ੍ਹਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਹੁਣ ਇੱਥੇ ਉਹਨਾਂ ਗੁਰਮੁਖਾਂ ਨੇ ਬੰਦ ਨਹੀਂ ਕੀਤਾ ਇਹ ਫਿਕਰਾਂ, ਇੱਥੇ ਪਹਿਰਾ ਬੰਦ ਨਹੀਂ, ਕਹਿਣ ਲੱਗੇ ਧਰਮ ਨਹੀਂ ਹਾਰਿਆ। ਤੇ ਕਹਿੰਦੇ ਨੇ ਉਹ ਸਿੱਖੋ ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ, ਕੇਸਾਂ ਸਵਾਸਾਂ, ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ,
جنی دیر تک انہاں دے سواس چل دے رہے انہاں گرو کے لالا نے اپنی سکھی نو کہ سانو سواساں دے نال نبھایا ہے کیس تے سواس کتھے پاٹ ہے دھرم نہیں کہہ رہا سکھی کیسا سواساں نال نبھائی تے پھر کہنے تنہاں دی کمائی دا دھیان دھر کے خالسا جی بولو جی واہگرو انہاں سکھی نبھائی بینتی میں کراں تے جدو اسی ارداس کر کے منگنے ہاں تے پھر منگنے کیا جی دیکھو سکھی دے دان وچ سب تو پہلا دان جڑا منگیا گیا او کیساں دا منگیا گیا حضور نے ریت جدو دتی کہن لگے داتا بخشو سکھاں نو سکھی دان دیکھو سکھی دان بڑا وڈا سبجیکٹ ہے سکھی وچ بےنت شبد ہوندے نے تے مہاراج سکھی دان وچ منگنا کی چاہندے ہو سانو کچھ کچھ شبد دسو تے پہلی توکر داس وچ اسی ورتنے ہاں کہ سکھاں نو سکھی دان شروع کیس دان تو ہوندا ہے سکھاں نو سکھی دان کیس دان پھر شبد ورتنے ہاں ریت دان کیونکہ سکھ دی ریت ہی کیس تو شروع ہوندی یہی کارن کہ اسی ارداس وچ سب تو پہلا منگنے ہاں کہ سانو کیس دان دے گرو گرنتھ صاحب دی بانی پڑھن والیو خاص کر کے اج کیس تے دستار یہ سبندی عرض کرنی جدو اسی کیساں بارے پڑھنے ہاں کئی واری کہنے ہاں بانی وچ شبد ورتے نے جی کیس نہیں کٹنے میں ایک دو پرمان دے دیاں کہ گرو گرنتھ صاحب دی بانی پڑھن والیو کبیر ورگے مہاپرش بنارس دی ترتی تے رہندے نے انہاں نے ایک شبد کیا ہے کہن لگے کہ دیکھ سجنا تو روز اپنے سر نو شبد انہاں نے مننا ورتے ہے روز تو سر دے کیس منن تر پینا ہے کہن لگے جنہ سما یہ وال منن تے لائے نے انہاں سبا کتے من دے وکاراں نو کٹ دیندا تے تو رب دے چرنا وی جڑ جاندا شبد ورتے کبیر من مونڈیا نہیں اگلی تو کے کیس مونڈائے کہاں تے میں بینتی کرنی ہے خالصے نو رب ورگا بنایا تے بانی وچوں پرمان دینے نے کہ گرو صاحب نے جدو رب دے سرگن ساکار روپ دی گل کیتی تے شبد ورتے تیرے سر تے پاکے تے تو سونے کیس رکھے ہوئے شبد ورتے نے کبیر من مونڈیا نہیں کیس مونڈائے کائیں جو کچھ کیا سو من کیا مونڈا مونڈ اجائے حضور نے ایک شبد اور ورتے ہیں کہنے لگے مونڈ مٹایا جو سدھ پائی مکتی بھیجنا گئی کائیں کبیر صاحب دا بچن ہے تے جدو گرو گرنتھ صاحب دی بانی پڑھنے ہیں تے میں ایک ضرور بینتی کرنا ہونا جیڑے ادے ترے نہیں دیکھو انہاں نوں پریرنا نمرتا نال دیو سختی تے شبد اینے نہ ورتو کہ بندہ پرت کے گردوارے متھا ٹیکن تو بھی جاندا رہے دیکھو ایک روپیہ تھلے ڈگیا ہوئے نا اونوں چکن واسطے بھی بندے نوں چکنا پیندا ہے جے کسے ڈگے نوں چکنے تے آکر نہ کر منا توں بھی تھوڑی جی چکن دی جا سکھ لے کدی تکلیم اگے بینتی کرنی ہے کہ سکھ دا جیون ہی سکھ نوں پلٹ گیا حضور نوں پچھیا مہاراج رب کی ہو جائے تے بانی وچ شبد ورتے پہلا بچن کہندے نے میرا رب بڑا میٹھا ہے اودے بولاں دا ذکر کیتا مٹھ بولڑا جی ہر سجن سوامی مورا تے کہندے اتنا میٹھا بولدا ہے خو سمل تھکی جی او کدے نہ بولے کوڑا جدو پڑھیا مہاراج کیوں جا میٹھا بولدا ہے کہن لگے اودی چال وی بڑی چنگی ہے تے او بولدا ہے کوئل دی طرح میٹھا شبد ورتے کہن لگے تیری چال سہاوی مدراڑی بانی کوکن کوکلا ترل جوانی اتنا میٹھ بولڑا ہے کہ داتا کوئل دی آواز نو وی تو مات پیا کرنے او مٹھ بولڑا ہے او دی چال بڑی چنگی ہے تے پوچھیا مہاراج پھر او دا روپ کی ہو جائے او تے حضور نے بڑے پیارے شبد ورتے نے کہن لگے میرے داتا جی تسی بڑے کرپالو ہو تیرے بنکے نائن دنتر شالا تے اگلی تو کے سونے ناک جن لمبڑے بالا کہندے میرے پیارے دی کیول آواز مٹھی نہیں کہندے او دے وال او دے کیش وی بڑے لمبے ਤੇ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਜਦੋਂ ਕਿਤੇ ਪੜ੍ਹਨੇ ਅਸੀਂ ਹਜ਼ੂਰ ਦੀ ਬਾਣੀ ਤੇ ਨਾਮਦੇਵ ਨੂੰ ਪੁੱਛੋ ਵੀ ਤੁਹਾਡਾ ਸਾਈਂ ਕਿਹੋ ਜਿਹਾ ਉਹਨਾਂ ਨੇ ਬੇਨਤੀ ਪਤਾ ਕੀ ਕੀਤੀ ਕਹਿਣ ਲੱਗੇ ਲੋਭ ਲਹਿਰ ਅਸ ਨੀਚਰ ਬਾਜੈ ਕਾਇਆ ਡੂਬੈ ਕੇਸਵਾ ਤੇ ਕੇਸਵਾ ਦੇ ਅਰਥ ਕਿਸੇ ਕੋਸ਼ ਵਿੱਚੋਂ ਪੜ੍ਹ ਕੇ ਦੇਖੋ ਇਹਦੇ ਅਰਥ ਹੀ ਇਹ ਨੇ ਜਿਹਦੇ ਕੇਸ ਬੜੇ ਲੰਮੇ ਕਹਿਣ ਲੱਗੇ ਕਬੀਰ ਜੀ ਨੂੰ ਪੁੱਛੋ
ਕਿ ਤੁਹਾਡਾ ਗੋਪਾਲ ਕਿਹੋ ਜਿਹਾ ਤੇ ਉਹਨਾਂ ਤੁਕ ਵਰਤੀ ਹੈ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਰੇ ਪੁਕਾਰ ਕੇਸਵਾ ਕੇਸੋ ਕੇਸੋ ਇਹ ਜਿਤਨੇ ਵੀ ਸ਼ਬਦ ਆਉਂਦੇ ਨੇ ਇਹਦਾ ਅਰਥ ਹੀ ਇਹ ਕਿ ਮੇਰੇ ਪਿਆਰੇ ਦੇ ਕੇਸ ਬੜੇ ਲੱਭਣਗੇ ਮੇਰਾ ਪਿਆਰਾ ਸਭ ਸੂਰਤ ਹੈ ਹੁਣ ਇਸ ਤੋਂ ਅੱਗੇ ਚੱਲਾਂ ਗੁਰੂ ਕਲਗੀਧਰ ਜੀ ਨੇ ਪਹਿਲੀ ਰਹਿਤ ਦਿੱਤੀ ਕਹਿਣ ਲੱਗੇ ਸਿੱਖਾਂ ਸਿੱਖੀ ਦੀ ਰਹਿਤ ਕੇਸਾਂ ਤੋਂ ਸ਼ੁਰੂ ਹੁੰਦੀ ਹੈ ਕੇਸ ਰੱਖੀ ਤੇ ਨਾਲ ਇੱਕ ਬਚਨ ਕੀਤਾ ਤੇ ਦੇਖੋ ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕੇਸ ਕਿਸੇ ਰੱਖੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਉਹਨਾਂ ਦੀ ਗਿਆਨ ਰਤਨਾਵਲੀ ਕਦੀ ਪੜਿਓ ਉਹਦੇ ਵਿੱਚ ਜਦੋਂ ਭਾਈ ਮਰਦਾਨੇ ਨੂੰ ਉਪਦੇਸ਼ ਦਿੱਤਾ ਤੇ ਤਿੰਨ ਬਚਨ ਮੇਰੇ ਬਾਬੇ ਨਾਨਕ ਨੇ ਕਹੇ ਤੇ ਉਹ ਤਿੰਨ ਬਚਨ ਕਿਤੇ ਧਿਆਨ ਨਾਲ ਸੁਣਿਓ ਮਰਦਾਨੇ ਨੇ ਜਦੋਂ ਕਿਹਾ ਹੇ ਸਤਿਗੁਰੂ ਮੇਰਾ ਪਾਰ ਉਤਾਰਾ ਕਿਵੇਂ ਤੇ ਕਹਿਣ ਲੱਗੇ ਤਿੰਨ ਗੱਲਾਂ ਜ਼ਿੰਦਗੀ ਵਿੱਚ ਪਾਲ ਲਈ ਮਹਾਰਾਜ ਕਿਹੜੀਆਂ ਪਹਿਲਾ ਬਚਨ ਕੀਤਾ ਸੀ ਦਾਨਿਆ ਕੇਸ਼ ਕਦੀ ਨਹੀਂ ਕੱਟਣੇ ਭਾਈ ਮਨੀ ਸਿੰਘ ਦੇ ਸ਼ਬਦ ਨੇ ਕੇਸ਼ ਕਦੀ ਨਹੀਂ ਕੱਟਣੇ ਦੂਜਾ ਬਚਨ ਕੀਤਾ ਸੀ ਸਿੱਖੀ ਕਮਾਣੀਆਂ ਅੰਮ੍ਰਿਤ ਵੇਲੇ ਪੈ ਰਾਤ ਰਹਿੰਦਿਆਂ ਉੱਠ ਕੇ ਗੁਰੂ ਗੁਰੂ ਜਪਣਾ ਤੇ ਤੀਜਾ ਬਚਨ ਕੀਤਾ ਤੇਰੇ ਘਰ ਆਇਆ ਹੋਇਆ ਸਾਧੂ ਸੰਤ ਅਤਿਥੀ ਕਦੀ ਭੁੱਖਾ ਨਾ ਜਾਏ ਆਪਣੀ ਲੋੜ ਅਨੁਸਾਰ ਉਹਦੀ ਸੇਵਾ ਜ਼ਰੂਰ ਕਰੇ ਤਿੰਨ ਗੱਲਾਂ ਪੱਲੇ ਬੰਨ ਲਈ ਕਿ ਕੇਸ਼ ਕਦੀ ਨਹੀਂ ਕੱਟਣੇ ਗੁਰਮੁਖਾਂ ਕਿ ਚੇਤੇ ਰੱਖੀ ਕਿ ਆਏ ਗਏ ਦੀ ਸੇਵਾ ਕਰੀ ਤੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪੀ ਉਸ ਤੋਂ ਅੱਗੇ ਚੱਲੋ ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਹਕੀਕਤ ਰਾਏ ਦੇ ਦਾਦੇ ਨੂੰ ਨੰਦ ਲਾਲ ਪੁਰੀ ਨੂੰ ਦੇਖੋ ਇੱਕ ਤਾਂ ਭਾਈ ਨੰਦ ਲਾਲ ਜੀ ਹੋਏ ਨੇ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਹਜ਼ੂਰ ਦੀ ਸ਼ਿਫਤ ਲਿਖੀ ਇੱਕ ਭਾਈ ਨੰਦ ਲਾਲ ਪੁਰੀ ਹਜ਼ੂਰ ਇੱਥੇ ਗਏ ਨੇ ਗੁਰੂ ਹਰਿ ਸਾਹਿਬ ਇੱਕ ਨੰਦ ਲਾਲ ਹੋਰ ਤੀਜੇ ਹੋਏ ਨੇ ਉਹ ਵੀ ਇੱਕ ਕਵੀ ਹੋਏ ਨੇ ਹੋਏ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਨੇ ਆ ਕਈ ਵਾਰੀ ਅਸੀਂ ਇੱਕ ਤੁਕ ਪੜ੍ਹਨੇ ਆ ਨਾ ਅਸੀਂ ਇਸ ਭਾਈ ਨੰਦ ਲਾਲ ਜੀ ਦੇ ਨਾਂ ਨਾਲ ਲਾ ਦਿੰਨੇ ਆ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਨੇ ਅਸੀਂ ਪੜ੍ਹਨੇ ਆ ਇੱਕ ਦਿਨ ਕਲਗੀਆਂ ਵਾਲੇ ਹੱਥੋਂ ਪ੍ਰੇਮ ਸੁਰਾਹੀ ਪੀਤੀ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਤੇ ਗੁਰੂ ਨੇ ਕਿਹਾ ਆਗੇ ਸੁਧਰ ਚੱਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ਇਹ ਭਾਈ ਨੰਦ ਲਾਲ ਤੀਜੇ ਹੋਰ ਨੇ ਤੇ ਇਹ ਭਾਈ ਨੰਦ ਲਾਲ ਨਹੀਂ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੇ ਆ ਗਾਏ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ਵਤ ਇਹ ਨੰਦ ਲਾਲ ਦਰਬਾਰੀ ਕਵੀਆਂ ਵੀ ਸਨ ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ ਟੋਪੀ ਨੀ ਪੈਰ ਨਹੀਂ ਗੁਰੂ ਹਰਿ ਸਾਹਿਬ ਕੇਸ ਨੀ ਕੱਟਣੇ ਤੰਬਾਕੂ ਦੀ ਵਰਤੋਂ ਨੀ ਕਰਨੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨਹੀਂ ਸਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ ਰੱਖਣ ਵਾਲਾ ਤਾਂ ਰੱਬ ਹੈ ਕੇਸ ਰੱਖੇ ਨਹੀਂ ਜਾਂਦੇ ਕੇਸ ਰੱਬ ਦੀ ਦਿੱਤੀ ਕੋਈ ਦਾਤ ਹੈ ਤਾਂ ਸਿਰਫ ਇੱਕ ਬੰਦਾ ਐਸਾ ਜਿਹੜੀ ਉਹਦੀ ਦਿੱਤੀ ਨੂੰ ਕਤਰਨ ਦਾਤ ਨੂੰ ਕਤਰਨ ਤੁਰ ਪੈਂਦਾ ਜਿੰਨਾ ਮਰਜ਼ੀ ਉਹ ਕੱਟੇ ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ ਸਹਿ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ ਕੇਸ ਉਪਰੋਂ ਢੱਕੇ ਨੇ ਕਹਿੰਦੇ ਨੇ ਇੱਕ ਛੋਟਾ ਜੀ ਲਿਟ ਇੱਕ ਕੇਸ ਉੱਡ ਕੇ ਮੱਥੇ ਦੇ ਅੱਗੇ ਆ ਗਿਆ ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਨੇ ਨਾ ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਕਿਰਦਾ ਕੋਈ ਕੋਈ ਹੋਵੇਗਾ ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਭਾਈ ਨੰਦ ਲਾਲ ਦੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ ਸਾਰੀ ਦਸਵੰਧ ਦੀ ਮਾਇਆ ਇਹਨਾਂ ਨੂੰ ਦਿਓ ਭਾਈ ਸਾਹਿਬ ਗੱਲ ਵਿੱਚ ਪੱਲਾ ਪਾ ਕੇ ਕਹਿੰਦੇ ਤੇਰੀ ਦਿੱਤੀ ਮਾਇਆ ਬੜੀਏ ਜੇ ਤਰੁੱਠਿਓ ਤੇ ਸਿੱਖੀ ਦਿਓ ਮੇਰੀ ਔਲਾਦ ਤੇ ਮੈਂ ਅਸੀਂ ਕਲਮ ਦੀ ਕਮਾਈ ਖਾਂਦੇ ਹਾਂ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਜ ਹਵਾ ਚੱਲੀਏ ਇੱਕ ਕੇਸ ਉੱਡ ਕੇ ਤੁਹਾਡੇ ਚਿਹਰੇ ਤੇ ਆਇਆ ਤੇ ਸਤਿਗੁਰੂ ਦੇ ਚਿਹਰੇ ਨੂੰ ਕਿੰਨੇ ਬਿਆਨ ਕਰਨੇ ਕਹਿੰਦੇ ਨੇ ਮੇਰੀ ਅੱਖ ਨੇ ਦੇਖ ਲਿਆ ਤੇਰੇ ਦਰਸ਼ਨ ਕੀਤੇ ਤੇ ਉਸੇ ਵੇਲੇ ਕਲਮ ਚੁੱਕ ਲਈ
ਤੇ ਕਲਮ ਚੁੱਕ ਕੇ ਸ਼ਬਦ ਵਰਤੇ ਖੇ ਦੁਨੀਆਂ ਦੇ ਲੋਕੋ, ਲੋਕ ਤੇ ਪਰਲੋਕ ਦੇ ਸੁੱਖ ਭਾਲਣ ਵਾਲਿਓ, ਆ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਕੇਸ, ਇੱਕ ਕੇਵਲ ਤਾਰ, ਇਹਦੇ ਬਦਲੇ ਦੁਨੀਆਂ ਦੇ ਦੋ ਜਹਾਨਾਂ ਦੇ ਪਦਾਰਥਾਂ ਦਾ ਮੁੱਲ ਵੀ ਨਹੀਂ ਪੈ ਸਕਦਾ। ਇੰਨੀ ਕੀਮਤੀ ਹੈ ਸ਼ਬਦ ਵਰਤੇ ਸੀ। ਤੁਸੀਂ ਸਾਰੇ ਪੜ੍ਹਦੇ ਹੋ, ਦੀਨ ਦੁਨੀਆਂ ਦਰ ਕਮੰਦੇ ਆਪ ਹਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੁਵੇ ਯਾਰ ਮਾਂ, ਮੁਵੇ ਦਾ ਅਰਥ ਹੁੰਦਾ ਕੇਸ਼। ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿੰਨੇ, ਦੀਨ ਦੁਨੀਆਂ ਦਰ ਕਮੰਦੇ ਆ ਪੂਰੀ ਰਕਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੁਵੇ ਯਾਰ ਮਾਂ। ਤੇ ਸਿਆਣੇ ਕਿੰਨੇ, ਦੀਨ ਤੇ ਦੁਨੀਆਂ ਦੋਵੇਂ ਬੱਧੇ ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ, ਮੈਂ ਆਪਣੇ ਪ੍ਰੀਤਮ ਦੇ ਇੱਕ ਇੱਕ ਕੇਸ ਤੋਂ ਦੋਨੋਂ ਜਹਾਨ ਵਾਰਨਾ ਪਿਆਵਾਂ। ਗੁਰਮੁਖ ਸਤਿਗੁਰੂ ਦੇ ਕੇਸਾਂ ਦੀ ਕਦਰ ਜੇ ਕਿਤੇ ਪੁੱਛਣੀ ਹੈ ਤੇ ਪੁੱਛੋ ਕਦੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ, ਪੀਰ ਬੁੱਧੂ ਸ਼ਾਹ। ਬੜੀ ਵਾਰੀ ਅਸੀਂ ਇਹ ਸ਼ਬਦ ਪੜ੍ਹਨੇ ਆ, ਅੱਜ ਤੱਕ ਉਹ ਕੰਗਾ, ਅੱਜ ਤੱਕ ਉਹ ਕੇਸ ਮੌਜੂਦ ਨੇ ਜਿਹੜੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਉਹਨਾਂ ਦੋ ਪੁੱਤਰ ਸ਼ਹੀਦ ਕਰਕੇ ਲਏ, ਆਪਣੇ ਮੁਰੀਦ ਸ਼ਹੀਦ ਕਰਾ ਕੇ ਲਏ। ਤੁਸੀਂ ਇਹ ਬੜੀ ਵਾਰੀ ਸੁਣਿਆ, ਜਿਸ ਦਿਨ ਹਜ਼ੂਰ ਨੇ ਖਲੋ ਕੇ ਕਿਹਾ ਸੀ ਪੀਰ ਜੀ ਕਿ ਤੁਹਾਡੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਤੇ ਹਜ਼ੂਰ ਨੂੰ ਅੱਗੇ ਕਹਿਣ ਦੀ ਥਾਂ ਇੱਕੋ ਦਮ ਪੀਰ ਬੁੱਧੂ ਸ਼ਾਹ ਬੋਲਿਆ, ਤੇ ਉਹਦੇ ਸ਼ਬਦ ਪਤਾ ਕੀ ਨੇ? ਕਵੀ ਸੰਤੋਖ ਸਿੰਘ ਕਹਿੰਦੇ ਨੇ, ਹੱਥ ਜੋੜ ਕੇ ਕਹਿੰਦਾ, ਦਾਤਾ ਇਹ ਨਾ ਕਿਹੋ ਵੀ ਤੇਰੇ ਪੁੱਤਰਾਂ ਦੀ ਮੌਤ ਦਾ ਖੇਦ ਹੈ, ਇਹ ਨਾ ਕਿਹੋ ਤੇਰੇ ਪੁੱਤਰਾਂ ਦੀ ਮੌਤ ਦਾ ਅਫਸੋਸ ਹੈ। ਸ਼ਬਦ ਵਰਤੇ, ਮਮ ਪੁੱਤਰ ਮਰੇ ਸ਼ੁਭ ਥਾਨਾ, ਮੈਨੂੰ ਖੁਸ਼ੀ ਹੈ ਮੇਰੇ ਪੁੱਤਰ ਚੰਗੀ ਥਾਂ ਤੇ ਸ਼ਹੀਦ ਹੋਏ ਦੇ। ਇੱਕ ਤੋਂ ਰਣ ਖੇਤ ਮਹਾਨਾ, ਪਹਿਲੀ ਖੁਸ਼ੀ ਇਹ ਕਿ ਰਣ ਤੱਤੇ ਵੀ ਸ਼ਹੀਦ ਹੋਏ, ਤੇ ਦੂਜੀ ਖੁਸ਼ੀ ਇਹ ਵੀ ਮੇਰੇ ਗੁਰੂ ਕਲਗੀ ਵਾਲਿਆ ਤੇਰੇ ਚਰਨਾਂ ਤੋਂ ਕੁਰਬਾਨ ਹੋਏ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਬਿਸ਼ ਸੁਧਾਏ, ਮੈਂ ਸ਼ੋਕ ਕਰੇ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ, ਮੈਂ ਚਿੰਤਾ ਨੀ ਕਰਦਾ। ਕਹਿ ਲੱਗੇ ਕੁਛ ਮੰਗ ਲੈ, ਮੈਂ ਕਹਿੰਦਾ ਅੱਜ ਬੰਦਾ ਮੇਰੇ ਵਰਗਾ ਮਾਣੂ ਦਾ ਪਦਾਰਥ ਮੰਗਦਾ, ਆਪਣੀ ਖੌਮੇ ਨੂੰ ਪੱਥੇ ਪਾਉਂਦਾ, ਝੋਲੀ ਅੱਡ ਕੇ। ਕਹਿਣ ਲੱਗੇ ਜੇ ਤਰੁੱਠ ਹੈ ਨਾ, ਬਸ ਆਪਣੀ ਯਾਦ ਆ ਸੋਹਣੇ ਮੁਬਾਰਕ ਮੂਵੇ, ਸੋਹਣੇ ਕੇਸ ਮੇਰੀ ਝੋਲੀ ਚ ਪਾ ਦੇ, ਮੈਂ ਪੁੱਤਰ ਤੇਰੀ ਝੋਲੀ ਚ ਪਾਏ, ਤੂੰ ਕੇਸ ਮੇਰੀ ਝੋਲੀ ਵਿਚ ਪਾ ਦੇ। ਸਾਹਿਬ ਕਿਰਪਾਲੂ ਜੀ ਦੇ ਕੇਸ ਲਏ, ਕੰਘਾ ਲਿਆ, ਦਸਤਾਰ ਲਈ। ਜਦੋਂ ਉਹ ਲੈ ਕੇ ਘਰ ਮੁੜੇ ਨੇ ਤੇ ਨਸੀਰਾਂ ਨੇ ਇਹ ਸ਼ਬਦ ਵਰਤੇ ਸਨ ਪੁੱਤਰ, ਤੇ ਹੱਸ ਕੇ ਕਹਿਣ ਲੱਗੇ, ਨਸੀਰਾਂ ਅੱਜ ਗੁਰੂ ਗੋਬਿੰਦ ਸਿੰਘ ਨਾਲ ਮਿੱਤਰਤਾ ਪਾ ਰਹੇ ਹਾਂ, ਅੱਗੇ ਵੀ ਜਾਂਦੇ ਸਨ ਪਰ ਅੱਜ ਡੂੰਘੀ ਮਿੱਤਰਤਾ ਪੈ ਗਈ। ਪੁੱਛਿਆ ਕਾਹਦੀ? ਕਹਿਣ ਲੱਗੀ ਇਸ ਕਰਕੇ ਕਿ ਅੱਗੇ ਜਾਂਦੇ ਸਾਂ ਮੱਥਾ ਟੇਕਣਾ, ਸੁਨੇ ਦੀਵਾਨ ਤੇ ਆ ਜਾਣਾ, ਅੱਜ ਮਿੱਤਰਤਾ ਪਾਲੀ, ਦੇਣ ਲੈਣ ਹੋ ਗਿਆ। ਪੁੱਛਿਆ ਕਿ ਅੰਦਰ ਲਿਜਾ ਕੇ ਖੋਲੀ ਪੋਟਲੀ ਕੱਪੜਾ, ਕੇਸ ਤੇ ਕੰਘਾ ਦਿਖਾ ਕੇ ਕਹਿੰਦੇ ਨੇ, ਨਸੀਰਾਂ ਆ ਦੇਖ ਗੁਰੂ ਕਲਗੀ ਵਾਲੇ ਦੇ ਮੁਬਾਰਕ ਮੂਵੇ ਸਾਨੂੰ ਮਿਲ ਗਏ, ਮੁਬਾਰਕ ਕੇਸ ਮਿਲ ਗਏ ਨੇ, ਆ ਕੰਘਾ ਮਿਲਿਆ। ਕਹਿੰਦੇ ਨੇ ਉਸ ਵੇਲੇ ਉਹਨੇ ਕਿਹਾ, ਇਹ ਮਿੱਤਰਤਾ ਕਾਹਦੀ? ਕਹਿਣ ਲੱਗੇ, ਨਸੀਰਾਂ ਆਪਣੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਬੰਦੇ ਲਈ ਪੁੱਤਰ ਨੇ, ਜਦੋਂ ਕਿਸੇ ਨਾਲ ਮਿੱਤਰਤਾ ਪਏ ਤੇ ਨਿਸ਼ਾਨੀ ਦੇ ਕੇ ਆਦਾਨ ਪ੍ਰਦਾਨ ਹੁੰਦਾ, ਆਪਣੀ ਕੀਮਤੀ ਨਿਸ਼ਾਨੀ ਪੁੱਤਰ ਉਹਨਾਂ ਦੀ ਝੋਲੀ ਵਿੱਚ ਪਾਇਆ, ਤੇ ਗੁਰੂ ਦੀ ਕੀਮਤੀ ਨਿਸ਼ਾਨੀ ਆ ਕੇਸ ਲੈ ਕੇ ਆਇਆ, ਤੇ ਸੱਚ ਜਾਣੀ ਪੁੱਤਰ ਦੇ ਕੇ ਵੀ ਸੌਦਾ ਤੁਹਾਨੂੰ ਸਸਤਾ ਹੀ ਪਿਆ ਹੈ। ਮੈਂ ਕਹਿੰਦਾ ਪੀਰ ਜੀ, ਤੁਸੀਂ ਪੁੱਤਰ ਦੇ ਕੇ ਕੇਸ ਲੈ, ਸਤਿਗੁਰੂ ਤੁਸੀਂ ਪੁੱਤਰ ਦੇ ਕੇ ਸਾਨੂੰ ਕੇਸਾਂ ਦੀ ਦਾਤ ਦਿੱਤੀ, ਉਹਨੇ ਤਾਂ ਪੁੱਤਰ ਦੇ ਕੇ ਤੇ ਗੁਰੂ ਕਲਗੀਧਰ ਨੇ ਵਾਰ ਕੇ ਸਾਨੂੰ ਸਿੱਖੀ ਦੀ ਦਾਤ ਦਿੱਤੀ। ਤੀਸਰਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹਨਾ, ਫਿਰ ਸਿਧਾਂਤਕ ਪੱਖ ਵੱਲ ਆਵਾਂਗਾ, ਕਿ ਹਜ਼ੂਰ ਦੇ ਸਿੱਖੋ ਕਦੀ ਭਾਈ ਤਾਰੂ ਸਿੰਘ ਦੀ ਲੱਤ ਦੀ ਖੋਪੜੀ ਨੂੰ ਦੇਖ ਲਿਆ ਕਰ। ਬਾਪੂ ਸ਼ਹੀਦ ਹੋ ਚੁੱਕਾ ਭਾਈ ਤਾਰੂ ਸਿੰਘ ਦਾ, ਮਾਂ ਦਾ ਇੱਕੋ ਇੱਕ ਜਵਾਨ ਪੁੱਤਰ ਹੈ, ਭੈਣ ਤੇ ਭਰਾ ਇਕੱਠੇ ਦੋਵੇਂ ਮਾਂ ਦੀ ਗੋਦ ਵਿੱਚ ਪਲੇ ਨੇ, ਇੱਕ ਉਹਦਾ ਕਸੂਰ ਕੀ ਜੀ? ਸਿਰਫ ਇੰਨਾ ਕੁ ਕਿ ਜੰਗਲ ਵਿੱਚ ਬੈਠੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ ਸੀ, ਸਿਰ ਤੇ ਟੋਕਰਾ ਰੋਟੀਆਂ ਦਾ, ਦਾਲ ਦਾ ਭਾਂਡਾ ਹੱਥ ਵਿੱਚ, ਭੈਣ ਤੇ ਭਰਾ ਦੋਨਾਂ ਪ੍ਰਸ਼ਾਦਾ ਛਕਾਣਾ। ਤੇ ਜਿੱਦਣ ਪਕੜੇ ਗਏ, ਪਿੰਡ ਦੇ ਲੋਕ ਛਡਾਉਣ ਆਏ, ਤੇ ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਸੀ, ਮੈਨੂੰ ਛਡਾਓ ਨਾ, ਇਹ ਇੱਕ ਘਰ ਵਿੱਚ ਤਵਾ ਬਲਦਾ ਹੈ,
ਤੇ ਮੈਨੂੰ ਪਕੜਨ ਆਏ ਨੇ, ਤੁਸੀਂ ਘਰ ਘਰ ਵਿੱਚ ਤਵੇ ਤੇ ਲੋਹਾ ਬਾਲ ਦਿਓ ਕਿ ਅੱਜ ਤੋਂ ਬਾਅਦ ਜੰਗਲ ਵਿੱਚ ਕੋਈ ਗੁਰੂ ਕਲਗੀ ਵਾਲੇ ਦਾ ਸਿੱਖ ਭੁੱਖਾ ਨਾ ਸੌਣ। ਜੇ ਮੈਨੂੰ ਪਿਆਰ ਕਰਦੇ ਹੋ ਤੁਰ ਲੱਗਿਆ। ਮਾਂ ਨੇ ਜਿਹੜੇ ਸ਼ਬਦ ਕਹੇ, ਮਾਂ ਕਿਤੇ ਇਹੋ ਜਿਹੇ ਸ਼ਬਦ ਆਪਾਂ ਵੀ ਕਿਤੇ ਬੱਚਿਆਂ ਦੀ ਭਾਵਨਾ ਬਣਾਈਏ। ਖਿਮਾ ਕਰਿਓ, ਸਾਡੀਆਂ ਭੈਣਾਂ ਨੇ, ਮਾਵਾਂ ਬਰਾਬਰ ਨੇ, ਵੱਡੇ ਬਜ਼ੁਰਗ ਨੇ ਸਾਡੇ। ਉਹ ਬੀਬੀਓ, ਕਦੀ ਉਸ ਮਾਂ ਦੀ ਅੰਦਰ ਦੀ ਆਤਮਾ ਨੂੰ ਸੁਣੋ। ਤੁਰ ਲੱਗੇ ਭਾਈ ਤਾਰੂ ਸਿੰਘ ਤੇ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਉੱਠ ਕੇ ਪਕੜ ਕੇ ਸੀਨੇ ਨਾਲ ਲਾ ਕੇ ਕਹਿੰਦੇ ਦਾੜੇ ਤੇ ਹੱਥ ਫੇਰ ਕੇ ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਦੁਸ਼ਮਣ ਅਣਹੋਣੀ ਕਰੇਗਾ, ਸਿਰ ਦਾ ਖੋਪੜ ਤਾਂ ਉਤਰ ਜਾਏ, ਸਿਰ ਦੀ ਗਰਦਨ ਤਾਂ ਧੜ ਤੋਂ ਅਲੈਦ ਹੋ ਜਾਏ, ਪਰ ਵੇਖੀ ਮੇਰੇ ਲਾਲ ਮੈਂ ਬੜੀ ਮੁਸ਼ਕਤ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਪੁੱਤਰ ਮੈਂ ਤੇਰੀ ਸ਼ਹੀਦੀ ਦਾ ਸੁਣਿਆ ਸੁਣਾ, ਇਹ ਨਾ ਸੁਣਾ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਏ। ਬਸ ਐ ਮਾਂ, ਤੂੰ ਪੁੱਤਰ ਨੂੰ ਕੇਸ ਕਿੱਥੇ ਰਖਾਣੇ ਨੇ, ਤੂੰ ਤਾਂ ਆਪਣੇ ਕੇਸ ਕਤਲ ਕਰਨ ਤੇ ਤੁਰੀ ਹੋਈ, ਕੋਈ ਤੇਰੇ ਤੇ ਭਾਰ ਨਹੀਂ, ਕੋਈ ਤੇਰੇ ਤੇ ਬੋਝ ਨਹੀਂ। ਮੈਂ ਕਹਿੰਦਾ ਜਦੋਂ ਸਿੱਖ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹਿ ਕੇ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਕਿਵੇਂ ਖਲੋ ਜਾਏਗੀ ਕਿ ਜਦੋਂ ਉਹਦੀ ਤਾਂ ਖੋਪੜੀ ਲੱਤੀ ਹੋਵੇ ਤੇ ਆਪਣੇ ਹੱਥਾਂ ਨਾਲ ਅਸੀਂ ਆਪਣੇ ਕੇਸ ਕਤਲ ਕਰਨੇ ਪਏ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਕੇਸ ਮੇਰੀ ਮੋਹਰ ਨੇ, ਇਹ ਗੱਲ ਕਦੀ ਰਾਣੀ ਜਿੰਦਾ ਨੇ ਕਹੀ ਸੀ। ਅੱਜ ਇੰਨੀ ਮਮਤਾ ਸੀ ਕਿ ਕਈ ਸਾਲਾਂ ਤੋਂ ਬਾਅਦ ਆਪਣੇ ਪੁੱਤਰ ਨੂੰ, ਆਪਣੇ ਲਾਲ ਨੂੰ ਮਿਲਣੇ। ਕਹਿੰਦੇ ਜਦੋਂ ਦਲੀਪ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਰਾਣੀ ਜਿੰਦਾ ਨੇ, ਦੁੱਖਾਂ ਦੀ ਮਾਰੀ ਨੇ ਤੇ ਚਿੱਤ ਕੀਤਾ, ਮਨ ਡਰਿਆ ਮਨਾ, ਮੈਂ ਆਪਣੇ ਪੁੱਤਰ ਦੇ ਸਿਰ ਤੇ ਹੱਥ ਤਾਂ ਫੇਰ ਲਵਾਂ, ਮੈਂ ਆਪਣੇ ਪੁੱਤਰ ਦਾ ਸੀਸ ਤੇ ਦਾੜਾ ਤਾਂ ਵੇਖਾਂ, ਸੀਸ ਦੇ ਕੇਸ ਤੇ ਮੁੱਖ ਤੇ ਦਾੜਾ ਵੇਖਾਂ। ਤੇ ਤੁਹਾਡੀ ਸੋਹਣ ਸਿੰਘ ਸੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸੀਸ ਦੇ ਉੱਤੇ ਆਇਆ ਹੱਥ, ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ ਨੂੰ ਕਿਤੇ ਬਿਜਲੀ ਲਾ ਦਿੱਤੀ ਹੋਵੇ, ਤੜਪ ਕੇ ਪਿੱਛੇ ਹਟ ਗਏ। ਕਹਿੰਦੇ ਰੋ ਪਈ ਤੇ ਸ਼ਬਦ ਸਨ, ਪੁੱਤਰ ਮੈਂ ਤੇਰੇ ਬਾਪ ਦੀ ਮੌਤ ਜਰ ਗਈ, ਭਰਾ ਦੀ ਮੌਤ ਜਰੀ, ਮੈਂ ਖਾਲਸੇ ਰਾਜ ਦਾ ਜਾਣਾ ਵੀ ਜਰ ਗਈ, ਮੈਨੂੰ ਰੰਚਕ ਦੁੱਖ ਨਹੀਂ ਹੋਇਆ ਕਿ ਕਾਸ ਲੈ ਕੇ ਆਈ ਸਾਂ, ਪੁੱਤਰ ਛੋਟਾ ਹੁੰਦਾ ਵਿਛੜਿਆ ਸੀ, ਅੱਜ ਕੇਸ ਅੱਜ ਦਾਣਾ ਵੱਡਾ ਹੋਵੇਗਾ। ਕਹਿਣ ਲੱਗੇ ਸੱਚ ਜਾਣੀ, ਅੱਜ ਤੂੰ ਮੈਨੂੰ ਮਾਰ ਕੇ ਰੱਖ ਦਿੱਤਾ। ਉਸ ਵੇਲੇ ਕਹਿੰਦੇ ਨੇ ਦਲੀਪ ਨੇ ਗੱਲ ਕਹੀ ਸੀ ਮਾਂ, ਉਹਨਾਂ ਦੀਆਂ ਚਿੱਠੀਆਂ ਵੀ ਮਿਲਦੀਆਂ ਨੇ, ਦਲੀਪ ਸਿੰਘ ਦੀਆਂ ਕਦੇ ਚਿੱਠੀਆਂ ਪੜ੍ਹੋ। ਪੰਜਾਬ ਦੇ ਲੋਕਾਂ ਨੂੰ ਜਦੋਂ ਲਿਖਦਾ ਕਹਿੰਦਾ ਮੈਨੂੰ ਛੋਟੇ ਹੁੰਦਿਆਂ ਨੂੰ ਲੈ ਗਏ, ਮੇਰੀ ਮਜਬੂਰੀ ਕਿ ਮੈਂ ਇਹਨਾਂ ਦੇ ਖਾਤਾ ਆ ਗਿਆ, ਆਪਣੀ ਮਰਜ਼ੀ ਇਹਨਾਂ ਕਰਾਈ। ਕਹਿੰਦਾ ਮੇਰਾ ਚਿੱਤ ਕਰਦਾ ਮੈਂ ਪੰਜਾਬ ਦੀ ਧਰਤੀ ਤੇ ਆਵਾਂ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਧਾਰਨ ਕਰਾਂ। ਕਹਿੰਦਾ ਮੈਨੂੰ ਭੁੱਲਿਓ ਨਾ, ਮੈਂ ਤੁਹਾਡਾ ਆਪਣਾ ਖੂਨ ਤੇ ਮਾਸ ਹਾਂ। ਸ਼ਬਦ ਵਰਤੇ ਜਦੋਂ ਚਿੱਠੀ ਸੰਪੂਰਨ ਕਰਦਾ, ਤੁਹਾਡਾ ਖੂਨ ਤੇ ਮਾਸ ਦਲੀਪ ਸਿੰਘ। ਕਹਿੰਦੇ ਨੇ ਹੱਥ ਜੋੜ ਕੇ ਕਿਹਾ, ਮਾਂ ਤੇਰਾ ਪਤੀ ਨਹੀਂ ਜਿਉਂਦਾ ਹੋ ਸਕਦਾ, ਰਾਜ ਨਹੀਂ ਆ ਸਕਦਾ, ਤੇਰੇ ਭਰਾ ਨੇ ਨਹੀਂ ਆਉਣਾ, ਪਰ ਮੈਂ ਇੱਕ ਤੈਨੂੰ ਵਾਅਦਾ ਕਰਨਾ ਵਾ, ਤੇਰੀ ਮੌਤ ਤੋਂ ਪਹਿਲਾਂ ਮੈਂ ਕਲਗੀ ਵਾਲੇ ਦੀ ਸਿੱਖੀ ਪਰਤ ਕੇ ਜ਼ਰੂਰ ਲਿਆਵਾਂਗਾ। ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਤੂੰ ਨਿਰਾਸ਼ ਨਾ ਹੋਵੀਂ, ਗੁਰੂ ਕੇ ਸਿੱਖਾਂ ਤੇਰੇ ਜੀਵਨ ਦੀ ਮਰਿਆਦਾ ਕੇਸਾਂ ਤੋਂ ਸ਼ੁਰੂ ਹੁੰਦੀ ਏ, ਤੇ ਜੇ ਤੂੰ ਪੁੱਛੇ ਕਿਉਂ ਰੱਖਣੇ ਨੇ, ਤੇ ਅੱਜ ਤਾਂ ਬੜੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ, ਆਪਾਂ ਪੜ੍ਹਨੇ ਆ ਕਿ ਸਾਰੀ ਇਹ ਤਾਕਤ ਮਿਲਦੀ ਏ। ਮੈਂ ਇਹਨਾਂ ਗੱਲਾਂ ਤੇ ਇੰਨਾ ਯਕੀਨ ਕਰਦਾ ਨਹੀਂ। ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਏ ਨਾ, ਪਿੰਡਾਂ ਵਿੱਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ, ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ, ਰਜਾਈ ਲਾ ਕੇ ਠੰਡੀਆਂ ਪੱਟੀਆਂ ਕਰੋ ਠੀਕ ਹੋ ਜਾਏਗਾ। ਉਹਨੇ ਗੱਲ ਬਦਲ ਲਈ ਨਾ, ਅੱਜ ਕਹਿੰਦੇ ਪਏ ਵੀ ਆਹ ਵਿਟਾਮਿਨ ਦਿੰਦੇ ਨੇ, ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ, ਮੈਂ ਰੋਜ਼ ਦੀ ਇੱਕ ਗੋਲੀ ਖਾ ਲੈਣਾ ਵਿਟਾਮਿਨ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕੈਸਾ ਦਿੱਤਾ, ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ, ਇਹ ਤਾਕਤ ਦਿੰਦੇ ਨੇ। ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ, ਉਹਦੀ ਮਾਂਗ ਵਿੱਚ ਸੰਧੂਰ ਪਿਆ ਹੈ, ਤੇ ਉਹਨੂੰ ਪੁੱਛੀਏ ਵੀ ਤੇਰੇ ਸੰਧੂਰ ਦੇ ਅਰਥ ਕੀ ਨੇ, ਕੀ ਅਰਥ ਕਰੇਗੀ ਉਹ। ਕਹਿੰਦੇ ਸੰਧੂਰ ਕਿਹੜਾ ਵਿਟਾਮਿਨ ਦਿੰਦਾ ਜੀ, ਕਹਿੰਦੇ ਸੰਧੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆਂ ਚੇਤੇ ਰੱਖੀ, ਜਿਹਦੇ ਕੇਸਾਂ ਵਿੱਚ ਸੰਧੂਰ ਹੈ, ਇਹਦੇ ਸਿਰ ਦਾ ਸਾਈ, ਇਹਦਾ ਪਤੀ, ਇਹ ਪਤੀ ਵਰਤਾ ਖਤਮ ਵਾਲੀ ਹੈ। ਤੇ ਸੱਚ ਜਾਣੀ ਕਹਿੰਦਾ ਮੇਰੇ ਕਕਾਰ ਮੇਰੇ ਕੇਸ ਕਹਿੰਦੇ ਨੇ ਮੈਂ ਖਤਮ ਵਾਲਾ ਵਾ, ਤੇ ਮੇਰਾ ਖਤਮ ਗੁਰੂ ਕਲਗੀ ਵਾਲਾ। ਸੰਧੂਰ ਦੇ ਕੀ ਅਰਥ ਕਰਾਂਗੇ। ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਹਰ ਨੇ,
ویسے تسی سیانے بیٹھے ہو، عام طور تے شیر پڑھیا جاندا ہے نشانے سکھی پنج حرف کاف، ہرگز نہ باشد ای پنج ماپ، کڑا کار دو کچھ کنگا بدان، بلا کساں تے بلا ہے کتے بنا ہے، بنا کیچ کھیچ اصل جملہ نشان۔ اسی عام طور تے کہنے ہاں بھائی نند لال دے رہت نامیاں وچ، دیکھو شبد دے ارتھ ضرور سکھی انسار کریے، حقیقت اے جے بھائی نند لال دی رچنا وچ کتے بھی نہیں آیا۔ بھائی نند لال گرنتھاولی پڑھو، اس فارسی دے سکھ ودوان دے اے شبد نے، تے شبد بڑے پاپورت نے۔ وہ کہندا سکھی دی نشانی پنج کاف تو شروع ہوندی ہے، پنج کاف آپا ککا کہنے ہو تے شبد کا ورکی ہے، کہن لگے نشانے کے سکھی پنج حروف کاف، کئی تھاواں تے شبد حرف آیا ہے، پر عام طور تے جدو اردو پڑھنے ہاں فارسی پڑھنے ہاں تے وہ شبد حرف نہیں ورت دے، حروف ہی ورت دے۔ نشانے سکھی پنج حرف کاف، ہرگز نہ پاشت ای پنج ماب، کہن لگے کڑا کار دو کچھ کنگا بدان، چار شبد کہ ہاتھاں وچ کڑا گاترے کرپان تے نال شبد ورتے کشہرا تے پیاریا نال تیرے کنگا۔ ہن شبد ورتنے اخیر تے پتہ ہی کہندے نے بنا کیچ کھیچ است جملہ نشان، کہندے نے پاویں تیرے کول چار نشانیاں نے، کڑا بھی پایا ہے، کرپان بھی پائی، کشہرا بھی پایا ہے، کنگا بھی رکھے ہیں، پر چیتے رکھی جے کیس نہیں تاں پہلیاں ساریاں ساریاں نفل نفل، کیساں تو بنا سمپورن نہیں۔ بنا کیش کھیس اس جملہ نشان، کیس جڑے نے وہ ساڈی مور نے، کرپالو ستگرو مہاراج جی نے مہر کیتی۔ دیکھو پھر نال ایک شبد اڑ گیا، ہن جے اسی کہیے بھی کلے کیس رکھ لے، تے صاحب نے نال تاکید کیتی، ترے کیس پول بنا پیکھی موڑا سکھ، میرے درشن نہ تس پاپی تیاگ پک۔ صاحب کرپالو نے سب تو پہلی داد دیتی کہ رہت وچ سکھا سابت صورت کہ سانو تو رکھی۔ اسی کئی بار کہنے ہاں کہ امرت چک لو، کوئی نہیں امرت رکھ لی توں، کیونکہ امرت نے سانو رکھنا ہے، اسی امرت نو نہیں رکھنا، امرت نے سانو سکھی دا دان دینا ہے۔ حضور نے کہا کیس رکھی، پھر اگلی کرپا نال کیتی، جتھے کیساں وچ کنگا رکھے ہیں تے کنگا دتا سانو لکڑ دا، تے کنگا سانو بڑیاں گلاں سمجھاندا ہے۔ میں سنکھیپ جرت کردیاں، ہن اوہی لکڑ دا ٹکڑا جیڑا پیراں وچ رلدا ہے، جدوں نو آرے تے چیر کے اوہدے دندے بناندے نے، جنہیں اپنے آپ نو آرے دے سمرپت کیتا ہے، سچ جانو او ایک دن سر دا تاج بن جاندا ہے۔ او کنگا او لکڑ جیڑی پیراں وچ رل گئی ہے، او کیساں دے وچ آ گئی، تے نال شبد کہے کہ سکھا دونوں وقت تو کنگا کرنا، شبد ورتے کہ کنگا دونوں وقت کر، پاپ پاپ چنے چن بن گئی، کہ سر دے اتنے دونوں وقت کنگا کری، تے پگ چن کے بنی ٹوپی دی طرح نہیں، اے نہیں کہ پانچ چھ پگاں کٹھیاں اج سنڈے والے دن بن لیاں، تے سوموار نو ایک ٹوپی رکھ لی، منگلوار نو دوجی رکھ لی، نہیں، شبد ورتے پاگ چنے چن بن گئی، دونوں وقت کنگا کری، تے پھر کنگا تینوں ایک گل سمجھاندا ہے، قربانی کرنے والے سراں دا تاج باندھے نہیں، دو وقت دا کنگا تے دو وقت دا نت نیم دتا ہے۔ سکھ دی باہر دی رہ تینوں اندر نو پریر دیے، کیساں وچ کنگا کرے، مردہ کیس کنگے نال باہر آندے نے، سویر دا کنگا کرے تے شام نو کیس باہر نکلدے نے، رات سویں سویرے کنگا کرے تے مردہ کیس باہر نکلدے نے، دونوں ویلے دے نت نیم دا مطلب اے وے کہ اندر نو کنگا کری، کہ جڑے فرنے ماڑے اندر پیدا ہون، بانی دا کنگا کر کے او بھی باہر کر دے، دونوں وقت کنگا تے دونوں وقت نت نیم دی بانی۔ ہن اس تو اگے شبد ورتے ہے پاگ، تیان دے آجے پاگ والا مسئلہ اپنا سکھاں وچ بڑے زور شور نال چلدا پیا، حضور کرپالو جی دی کرپا نال کچھ کو پرمان ارج کرنے نے پگ کتھوں شروع ہوئی۔ گرو گرنتھ صاحب وچ پاویں پگ شبد بھی آیا ہے، پگڑی شبد بھی ارد آیا ہے، پاگ شبد بھی آیا ہے، تے سکھی دا گرمت دا شبد سانوں دتا ہے، او ہے دستار۔ اسی جتھے بننے ہیں ہور لوگ بھی دستار پگ باندھے نے، پر ساڈی دستار وچ تے انہاں دی بجی کوئی کپڑے دی پگ اندر زمین آسمان دا انتر، کیوں؟ تیان دیا جی پہلی گل کہ پگ دی شروعات کدوں ہوئی، اسی بانی وچوں پڑھیے تے سب تو پراتن بھگت بانی وچ بابا فرید جی نے،
ਉਹਨਾਂ ਦੀ ਰਚਨਾ ਵਿਚ ਇਹਦਾ ਖਾਸ ਕਰਕੇ ਜ਼ਿਕਰ ਆਇਆ, ਭਾਵੇਂ ਉਹਨਾਂ ਨੇ ਕਿਸੇ ਹੋਰ ਸੰਦਰਭ ਵਿਚ ਲਿਆ। ਉਹ ਸ਼ਬਦ ਕਹਿੰਦੇ ਨੇ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਜਦੋਂ ਬਾਬੇ ਰਵਿਦਾਸ ਜੀ ਨੂੰ ਪੜਿਆ, ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ, ਕਹਿਣ ਲੱਗੇ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜੀ ਤੇ ਬਾਬੇ ਨਾਮਦੇਵ ਨੂੰ ਜਿੱਦਣ ਰੱਬ ਦੇ ਦੀਦਾਰ ਹੋਏ ਤੇ ਕਹਿਣ ਲੱਗੇ, ਉਹ ਰੱਬ ਦੀ ਗੰਜ ਕੋਈ ਨਹੀਂ ਸੀ। ਸੱਚ ਜਾਣੋ, ਤੁਸੀਂ ਜਿੰਨੇ ਵੀ ਟੀਕਾਕਾਰ ਪੜੋਗੇ ਨਾ, ਉਹ ਸ਼ਬਦ ਆਰੰਭ ਹੁੰਦਾ, ਹੱਲੇ ਯਾਰਾਂ ਖੁਸ਼ਖਬਰੀ। ਹੁਣ ਉੱਥੇ ਜਿਹੜੇ ਉਹਨੇ ਰੱਬ ਦੇ ਦੀਦਾਰ ਕੀਤੇ ਤੇ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ, ਕਹਿਣ ਲੱਗੇ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਹੋਲ। ਇਹ ਕਹਿੰਦੇ ਆ ਕਿ ਨਾਮ ਦੇਵ ਨੂੰ ਰੱਬ ਦੇ ਦਰਸ਼ਨ ਹੋਏ ਤੇ ਜਿਹਨੂੰ ਦਰਸ਼ਨ ਹੋਏ, ਸਭ ਤੋਂ ਪਹਿਲਾਂ ਉਹਨੇ ਪੱਗ ਦੀ ਗੱਲ ਕੀਤੀ, ਕਹਿੰਦਾ, ਤੇਰੇ ਵਰਗੀ ਪੱਗ ਕਿਤੇ ਹੋਰ ਦੀ ਗਈ। ਉਹਨਾਂ ਸ਼ਬਦ ਵਰਤੇ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਹੋਲ। ਪੱਗ ਸ਼ਬਦ, ਪਾਗ ਸ਼ਬਦ, ਪਗੜੀ ਸ਼ਬਦ, ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਮਿਲਦਾ। ਇੱਕ ਮੈਂ ਬੇਨਤੀ ਕਰਦਿਆਂ, ਖਾਸ ਕਰਕੇ ਸਿੱਖੀ ਵਿੱਚ ਪੱਗ ਦਾ ਜਦੋਂ ਜ਼ਿਕਰ ਕੀਤਾ ਤੇ ਉਦੋਂ ਪਹਿਲੇ ਢਾਡੀ ਨੱਥਾ ਜੀ ਤੇ ਅਬਦੁੱਲਾ ਨੇ, ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਨੇ, ਢਾਡੀ ਕਲਾ ਵਿੱਚ ਨਿਪੁੰਨ ਨੇ। ਜੋ ਦੇਖੋ ਉਹਨਾਂ ਦੀ ਢਾਡੀ ਕਲਾ ਨੂੰ ਨਮਸਕਾਰ ਕਰੀਏ। ਪਹਿਲੀ ਗੱਲ, ਬਾਣੀ ਦਾ ਪਾਠ ਹੋਵੇ, ਦਰਬਾਰ ਵਿੱਚ ਕੀਰਤਨ ਹੋਵੇ, ਕੀਰਤਨ ਨਾਲ ਸ਼ਬਦ ਦੀ ਵਿਚਾਰ ਹੋਵੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਇਤਿਹਾਸ ਨੂੰ ਢਾਡੀਆਂ ਰਾਹੀਂ ਦੁਹਰਾਇਆ ਜਾਏ। ਅਸਲ ਵਿੱਚ ਇਹ ਗੁਰਮਤ ਦੀ ਮਰਿਆਦਾ ਹੈ। ਭਾਈ ਨੱਥਾ ਤੇ ਅਬਦੁੱਲਾ ਮੈਂ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇੰਨਾ ਕੁ ਹੈ। ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤੀ ਵਿੱਚ ਆਉਂਦੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ, ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ, ਦੋ ਵਕਤ ਦਾ ਪ੍ਰਸ਼ਾਦਾ, 6 ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ, ਜਿਹਨੂੰ ਅਸੀਂ ਮਿਸਤਰੀ ਦੇਤਰਾ ਸ਼ਬਦ ਵਰਤਨੇ ਆ। ਆਪ ਜੀ ਨੂੰ ਗਿਆਤ, ਮੈਂ ਖਿੰਡ ਵਿੱਚੋਂ ਨਿਕਲਿਆ, ਪਰ ਇਹ ਖਿੰਡ ਦੇਣਾ ਜ਼ਰੂਰੀ ਸੀ। ਮਿਸਤਰੀ ਦੇਸ ਰਾਜ ਸੁਰ ਸਿੰਘ ਪਿੰਡ ਦੇ ਨੇ। ਜਿਤਨ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘ ਆਲੋ ਵਾਲੀਏ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ ਤੇ ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ, ਉਹ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ, ਮੋਹਰ ਦੇ ਕੇ ਕਿਹਾ ਸੀ, ਦੇਸ ਰਾਜ ਜੀ, ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ, ਉਹ ਸਾਰੀ ਲਈ ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ, 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ। ਦੇਸ ਰਾਜ ਘਰ ਗਏ। ਮੈਂ ਕਹਿੰਦਾ, ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ? ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ। ਆਪਣੇ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ, ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ। ਭਾਵੇਂ 1 ਕਰੋੜਾਂ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ, ਪਰ ਇਹ ਗੁਰੂ ਕੇ ਸਿੱਖਾਂ ਦੀ, ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਣੀ। ਹੈਰਾਨਗੀ ਦੇ ਹਾਲ, ਕਹਿੰਦੇ ਨੇ, ਉਹਦੀ ਘਰ ਵਾਲੀ ਤੇ ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ। 1 ਕਰੋੜਾਂ ਰੁਪਈਏ ਟਰੰਕਾਂ ਵਿੱਚ ਪਏ ਨੇ ਘਰ ਨਹੀਂ। ਹੁਣ ਦੇਖੋ, ਸੁਰ ਸਿੰਘ ਪਿੰਡ ਤੋਂ ਮਿਸਤਰੀ ਦੇਸ ਰਾਜ ਸਿੱਖ ਰਾਜ ਵੇਲੇ ਨੱਥਾ ਤੇ ਅਬਦੁੱਲਾ ਦੋਨਾਂ ਨੇ ਵਾਰ ਜਦੋਂ ਗਾਈ, ਉਹਦੇ ਵਿੱਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ, ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ। ਜਦੋਂ ਉਹਨਾਂ ਢਾਡੀ ਵਾਰਾਂ ਗਾਈਆਂ, ਢਾਡੀ ਦਾ ਕੰਮ ਹੀ ਇਹ ਵੇ ਕੇ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਉਣਾ, ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ, ਉਹ ਜਹਾਂਗੀਰ, ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਇਆ
کہ دو تلواراں بدیاں ایک میری دی ایک پیر دی ایک عظمت دی ایک راج دی ایک راکی کرے وزیر دی خیمت باہ کوٹ گھر دروازہ بلخ بکیر دی نال سپاہی نیل نال مار دشتاں کرے تغیر دی اخیر تے کندسن پگ تیری کی جہانگیر دیو جہانگیر گرو ہرگوبند صاحب دی دستار دا مقابلہ تو کر سکنا دھیان دیو اس تو اگے میں ایک ادھارن بھائی گرداس دی رچنا وچو دینی کہ دستار سجائیے کہ گرو دا حکم ہے کہ رہت دس دے کیس رکھی کیساں وچ کنگا ٹکائی اتے دستار تو بنی بھائی صاحب نے شبد ورتے نے ٹھنڈے خون نہائک ہے پگ وسار آیا سر ننگے گھر وچ رنا کملیاں تسی لٹی دیکھ کٹنگے رنا دیکھ پٹندیاں مارا مارے ٹاہا ہوئے نسنگے لوگ سیاپے آیا استری پرش جڑے لے پنگے پنگے دا ارتھ پنگتاں بنا کے رون لگ پے کہن لگے نین پوچھ دی پٹ دیا کس دے ناؤں الاؤنی انگے کدے ناں تے الاؤنی پاواں تے گو نے اتر دتا سورے پوچھو جائے کہ کون موا نوں اتر منگے تے بھائی جی کہندے نے کاواں رولی مورکھ سنگے مورکھاں دا ٹولا ایک کاں بولیا سارے کاواں اگوں رولا پا دتا میرے کہن تو مراد اے سی کہ گرو کے سکھو پگ اترنی موت دا سوچک سی دستار شبد جدو اسی پڑھنے میں جڑی بےنتی کر رہا ہاں عربی وچ اسی اینو دستار شبد ورتنے ہاں عربی وچ جڑی جڑی شبد ورتیا جاندا امامہ جدو اینو فارسی وچ پڑھیے تے اے دے لئی شبد ورتیا جاندا دل بند دا اخری ارتھ ہوندا ہے کپڑے دیاں تہاں کپڑے دیاں پٹیاں عربی وچ امامہ فارسی وچ دل بند ترکی وچ اینو کہندے تل بند جدو آپ انگریزی پڑھنے شبد ورتیا جانا ہے تربن تے میرے کرپالو ستگرو نے کرپا کر کے جتے پگ شبد ورتے نے اوتھے میر کر کے دستار شبد بھی کیا ہے دیکھو ہن اس دستار سکھ دی دستار کلی سر ڈکن تک سیمت نہیں اصل وچ ایدے کیس گرو دا حکم منن دے سوچک نے تے دستار جیڑی ہے سکھ دی انکھ دا سوچک ہے عام لوگ پگڑی باندھتے نے ساڈے ہریانے وی جاٹ وی پگڑی باندھتے نے چھملے چھڈ کے پر دیکھو جدو سکھ دی شبداولی پڑھنے ہاں او دی دستار جے کوئی اونوں شبد او دے دھرم لئی ماڑا بولے تے او کہندا میری دستار نوں خط پایا ہے جدو کوئی قربانی کر کے کسے دشت نوں سودے سکھ کہندا رول دی کوئی دستار سر تے رکھ دتی ہے ایدے لئی دستار شبد جیڑا ہے او حقیقت وچ ایدے اندر دی انکھ نال وی جڑیا ہے ستگرو نے رہ دتی پہلا بچن کیا کیش سادی مہر نے تے کسے دی مہر دی دروتوں کرنی حقیقت وچ بڑا وڈا جرم ہوندا ہے کیساں وچ کنگا رکھنا تے کنگا رکھ کے اتے دستار سجاونی تے اس دستار دی قیمت اے دستار گرو سامنے چکے اے دستار رب دی بندگی کرن والیاں دا ادب کرے تے جے کسے نے اس دستار دی قیمت پوچھنی ہے تے کدی بابا فتح سنگھ تو پوچھ کہ انہاں نوں چکن لئی اشارہ نہیں کیتا گیا بڑا دروازہ بند ہے چھوٹے دروازے رہی اندر پرویش باری ری کروان دا مطلب اے سی کہ سر چکے گا سی ہس کے کہاں گے گرو گوبند سنگھ دے پتر چک گئے بالکل نہیں انہاں نوں پتہ ہے دستار گرو گوبند سنگھ دی ہے آپ نہیں ہو چکے پہلا پیر اندر کیتے مبارک چرن اندر کیتے تے جتی دی تلی وکھا کے کیا سی صوبیہ چیتے رکھی تیرے لی سر نہیں چکے گا تیرے سر لی جتی تیار رکھا جتی دکھائی اندر پرویش کیتا فتح بلائی اوتھے جڑے شبد کہے نے اللہ یار خان جوگی نے ورتے نے او کہندا ہے کہ جدو کیا تسی چکو جے چکے نا تے توانوں مٹا دیاں گے او دے شبد نے کہ کہن لگے سچ کو مٹاؤ گے تو مٹو گے جہان سے جے سانو مٹان دا یتن کرو گے اے زندہ نہیں مٹن گیا تسی جہان تو مٹ جاؤ گے او گرو گوبند سنگھ دے پتراں دی پگ دستار ظالم سامنے چکی نہیں کیونکہ سکھ سر جیڑا گرو نوں دے چکا ہے سچ کو مٹاؤ گے تو مٹو گے جہان سے ڈرتا نہیں ہے اکال کسی شہن شاہ کی شان سے اپدیش اپلا سن لو ذرا دل کے کان سے ہم تم کو کہہ رہے ہیں خدا کی زبان سے اسی رب دی زبان تو بول کے کہنے ہونا کیا بچیو کہ توانو ختم کر دیاں گے ہن اوتھے شبد کیسے اخیر دے انہیں سونے چنے کہنے لگے ہم جان دے کے اوروں کی جان بچا چلے
سکھی کی نیو خم ہے سروں پہ اٹھا چلے، گریائی کا قصہ جہاں میں بنا چلے، کہ اصل وچ اے نیاں گرو گوبند سنگھ دے پتراں دیاں اٹاں نہیں، کہ لگے خالصا راج دا پہلا نشان انہاں نیاں اتے چلے گا۔ شبد ورتے گریائی کا قصہ جہاں میں بنا چلے، سنگھوں کی سلطنت کا پودا لگا چلے، کہندا گدی تو تخت بس اب قوم پائے گی، دنیا میں ظالموں کا نشان تک مٹائے گی۔ کیس سادی مور نے، گرو جی کہہ رہے نے، کیساں وچ کنگا رکھی، دستار سجائی، ہاتھ وچ کڑا دیتا۔ او دن گرمخارت بڑے سونے کیتے نے کہ کڑا سچے ہاتھ نال ہر کرم کرنے ہاں، کوئی بھی کرم کرن ترے دیکھو چن بڑے بڑے ارتھ رکھ دے نے، سمبل بڑے بڑے ارتھ رکھ دے نے۔ کئی بار اسی کہنے ہاں کہ انہاں دا کی ارتھ ہے، تے میں کہنا جتنا سنسار چلدا ہے نا او چنہاں تے چلدا ہے۔ جے کوئی بندہ کہے جی مینوں کوتا بڑی چنگی فردی ہے پر میں اکھاں نہ جاواں نہیں دینا، لوگ کہن گے چکی پھر کوتا نو اپنے من وچ تیرا پربھاو تاں پینا جے اکھراں راہی کوتا دا جنم ہوئے گا۔ جے کوئی کہے میں چترکار بڑا چنگا ماں پر میں فوٹو کوئی نہیں بنانی، کہن گے اپنے چونکے دا چترکار ہوئے گا، لوکاں وچ تاں پتا لگنا جے چتر بنائے گا۔ تے بولی اندر دے خیال بندے دے بلبلے جدو اکھراں دا روپ لیندے نے، اکھر کی نے جی؟ چن نے۔ اج تیکرا چن مقرر کر دیتا اے، تے رہندی دنیا تک سارے لوگ اس شکل نو اے کہندے نے، چن ہی اے۔ ہن ہوائی جہاز کدے آسرے چلدا پیا، کمپیوٹر چ کی اے جی، چن ہی کام پہ کردے نے۔ روڈ تے جانے ہاں، بچے نے اپنا بستہ گل وچ پایا، دوڑے جاندے دی تصویر بنائی ہے، کدی بول بول کے کہنا ہے، بس لنگن والے نو کہنا ہے سچیت رہی سامنے سکول ہی، ایک چن ہی ہے نا۔ ہاسپٹل ہے، بیڈ لگا ہے، اتنے خورن کا کاٹا وجہ ہے، یہ مطلب اتنے مریض نے کہ چن بول کے کہنا خورنا بجائی وہ ڈسٹرب ہون گے۔ دنیا ساری چنہ تے چل دی پئی ہے۔ ڈاکٹر تارن سنگھ نے تے کمال کر دیتی، بھگتی شکتی وچوں لکھدے نے کہ گرو گوبند سنگھ جی دے شبد، نیلا گھوڑا، چٹا باج، کلکی ہیرا، کہندا اصل وچ اے جتھے باس مکھی چیزاں سن اے اندر دے چن سن۔ کہندے نے نیلا گھوڑا، نیلا رنگ آسمان دا ہے، نیلا رنگ سمندر دے پانی دا ہے، پانی دا رنگ کوئی نہیں آسمان دا ہی پرتیبمب ہے۔ کہن لگے نیلا رنگ سوچک ہے بھگتی دا، وشالتا دا، گمبھیرتا دا، تے گھوڑا پرتیت ہے شکتی دا، نیلے گھوڑے دا ارتھ ہی بھگتی تے شکتی، چٹا باز، باز شکاری پنچھی ہے، چٹا رنگ سلاح کل ہے، چٹا شانتی دا پرتیک ہے، تے باز جڑا او کرانتی دا پرتیک ہے۔ ایک کلگی ہیرا، کدی بانی پڑھو اسی کہاں گے ہیرے وچ کیڑی بھگتی؟ گرو گرنتھ صاحب وچ کئی شبد نے جتھے نام نو ہیرے نال تلنا دتی۔ میرا ہیر ہے رتن نام ہر بسیا، گر کا شبد رتن ہے، سنتیں بندیا نام گوبند کا، ہیرا ہاتھ چڑھو نرمولک، نام نو شبد نو ہیرا کیا ہے۔ کلگی وچ ہیرا پرتیق ہے بھگتی دا، تے کلگی پرتیق ہے شکتی دی۔ صاحب کرپالو نے جڑے چن دتے، کڑا دتا، کڑا پا کے کدی بھی برا کرم نہ کری، کیونکہ چیز تین روکے گی، ہاتھ تیرا نہیں، امرت جن شکیا ہے ہاتھ، تو گرو گوبند سنگھ نو پکڑا دیتا ہے۔ گرو گوبند سنگھ دا ہاتھ ماڑا نہیں سوچدا۔ حضور نے نال کیا گاترے کرپان، کرپان سوئے رکھے والی تلوار شبد نہیں، کرپان تے خاص کر کے کیا سی، کرپان دی اپما شستر مالا چ کر دیا، کھنڈ بے ہنڈنگ، کھلدل کھنڈنگ، اترن منڈنگ، بر بندنگ، کچھ دند اکھندنگ، تیج پرچندنگ، جوت امنڈنگ، پان پربنگ، سکھ سنتا کرنگ، درما درنگ، کل وکارنگ، اثرنگ، جے 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 کارن، سرشت ابارن، مم پرتپارنگ، جے تیغنگ۔ حضور نے کیا گاترے کرپان رکھنی ہے، تے نال اگلا بچن کیا سی، جت کی کچھ پہرنی۔ یہ دا مطلب کہ ایک شہرا پاویں کپڑے دا تو پاویں، گرمخو یہ ویاخیا کرنی پائے گی، پر چیتے رکھی کہ جت دا کشہرا پائیں کہ اے تیرے لی سوچک ہوئے کہ سکھ دا آچرن بڑا اچا ہے۔ حضور کرپالو نے پانچ رہتاں دڑھ کرا دتیاں، ایک کرپا کیتی، سانو چار بجر کرہتاں تو برج کے رکھیا، کیس رہت وچ بھی نہیں۔ میں کہنا گرو گوبند سنگھ تانو کیس کنے کو پیارے نے، دیکھو جتھے امرت تیار کیتا ہے نا، جتھے حضور رکے، کل بھائی صاحب ہوراں نے دمدما صاحب دا ذکر کیتا، اس گھٹنا دا، اوتھے رکے تے نام اس تھان دا رکھ دتا دمدما صاحب، جتھے پنجا لگا اوتھے نام رکھ دتا پنجا صاحب،
جتھے ریتھے مٹھے ہو گئے نام رکھ دیتا ریٹھا صاحب، جتھے بیراں نو پاگ لگے نام رکھ دیتا بیر صاحب، جتھے سدھاں نو شکست دے کے شبد دے راہیں اوتھے نام رکھیا نانک متا، سدھ متے تو سدھ آسن تو نانک متا۔ کدی سوچے کہ جتھے سیس دا سسکار کیتا او دا نام رکھیا سیس گنج، کیونکہ دو سیس گنج نے ہندوستان وچ، ایک آنندپور صاحب جتھے سسکار کیتا، ایک دلی جتھے سیس لایا۔ صاحب نے جتھے سیس لایا او بھی سیس گنج، جتھے سسکار کیتا او بھی سیس گنج۔ پر حیرانگی دی گل، ریٹھے دی تھاں شبد، پنجے دی تھاں شبد، سیس دی تھاں شبد، پر کرپالو داتے نے نا جتھے امرت دی داد دتی او دا نا امرت گڑھ دی، او دا نا کیس گڑھ رکھیا، کیونکہ سب تو پیاری چیز انہاں نوں سکھ دے کیس رکھ دے۔ یہی کارن کہ سب تو اچھی تھاں تے نال لکھیا کیس گڑھ، تے ڈاکٹر صاحب لکھ دے سن تارن سنگھ، کہندے نے سکھ دا سیس کیس گڑھ ہے، کیس گڑھ اتے گرو کی دستار نشان چلدا ہے، تے کہندے نے جس کیس گڑھ اتے نشان چلدے ہون او دے نیڑے ویری کدی پھٹک نہیں سکدے۔ کیس گڑھ ہے، گرو کا نشان چلدا ہے، پنج وکار دے نیڑے نہیں ہوندے۔ کیساں دی بدبی کرے اے بجر کرائت ہے، دھیان دیا جے اونوں امرت پان کرنا پیندا ہے۔ دوسری بجر کرت پر تن گامی نہیں کھونا۔ دیکھو جتنی دیر تک سکھ اس آچرن اچیا نہیں بنا، جتنی مرضی گلاں کری دیے گل باندی نہیں۔ صاحب کرپالو نے اپنے حیاتی وچ انہاں سکھاں نوں کیسا تارنا بچن بھریا تارنا پر آکیا سی، کہن لگے سن ست گر بولے تس بیڑے، جڑے ڈولا لے کے آئے سن تے انہاں شبد کہے سن، ان سنگن بوجھے گنخانی سکل ترک پگوے خدوانی، سکھ بدلا لے پلا جناوے، گر شاستر کیوں ورج ہٹاوے۔ تے میرے داتے نے کیا سی، سن ست گر بولے تس بیرے، کہنے میں پنت سچن نہیں آیا، ہم لے جانو پنت اچیرے، اچے لیا نے۔ سکھ دی داستان پڑھنی ہوئے کدی 1972 دا جنگ پڑھو، سر میں رہتا کڑیتا تے سنکھیپ جی عرض کر رہا، لکھ دے نیو یارک ٹائمز نکل دے تواڈے اتھوں، بنگلہ دیش بنیا، او نمائندہ اس جنگ وچ گیا، او کہندا میں اکھاں نال دیکھیا ہے ایک بنگالی باپ اپنی تھی نو لے کے کار تے آیا، سکھ فوجی پہرا پہ دیندا ہے، کہندا میں پھلاں دا ہار سکھ دے گلے وچ پا دیتا، گلے وچ پایا۔ ہن پترکار گل دی تہ وی جاندے نے، انہاں جاندیاں سار پوچھیا، پترکار پوچھدا بھی اے تیرے وطن دا بندہ نہیں، تیرے مذہب دا بندہ نہیں، ہم مذہب نہیں ہم وطن نہیں، پر اے دے گل وچ پھلاں دا ہار کیوں؟ تے اس بنگالی مسلمان عورت دے شبد سن، کہندی سانو پتہ ہی ہون لگا سکھ تے پگ دی پرباشا کی ہوندی۔ اونے پوچھیا کیوں؟ دیکھ سکھاں تیرے کردار نو لوگ چک دے سن، تینو کتے کہن والیاں نو وی شیر کہنا پے گیا۔ قاضی نور محمد داستان نے سگ لکھ دیا کہندا نہیں اے شیر نے۔ اونوں پوچھیا بھی کیوں؟ کہن لگی حقیقت اے وے، اس جنگ وچ ساڈے وطن دے ساڈے مذہب دے لوکاں نے ساڈیاں بچیاں دی ساڈیاں دھیاں بہناں دی پت بستر پار اتاری، پر اے سکھ اپنی پگ لا کے کہندے سن تانو ٹک لے پھر میں تیرے گھر پہنچاواں گا۔ کہندے سانو پتہ ہی اوتن لگا کہ سکھ دی پگ وی لوکاں دے نگے ٹک دی ہوندی۔ کہندی بس اے دے وچوں بھرا دسدا ہی، تے جنہاں نوں بھرا کہندے سن انہاں وچوں درندہ نظر آندا سی۔ میرے ستگرو نے کہا ہم لے جانو پنت اچیرے۔ اگلی گل کئی مریادا وچ لکھیا پٹھا، تے میں ایک بینتی کرا گرو کے سکھو، جڑے نام جپن والے نے نا او جیو دے رس تو بڑے اچے جے۔ ہن جے سی کہنے ساڈی مریادا کہندی اے، ایک توخے ضرور پڑھ لیا جے، ضرور ایدا وچار کریو، جی بدو سو دھرم کر تھاپو، اتھرم کہو کت پائی، آپس کو منور کر تھاپو، کان کو کہو کسائی۔ دھیان دیا جے، جدو نام رس وچ کوئی گڑوم دندا ہے او ماک دیاں گلاں کی او تے روٹی دی گل تو وی اوپر اٹھدا ہے۔ صاحب کرپالو جی نے چوتھی گل کہی کہ تماکو دا سیون نہیں کرنا۔ دیکھو اے دے وچ کئی وری کہندے شراب دی گل نہیں کہی جی، افیم دی گل نہیں کہی جی، ایتھے بھکی دی گل نہیں کہی جی۔ سکھ ندان تے گرو صاحب نو میں واہگرو میر کرے کہ سکھ ندان کیول نام تے بانی اے، ایس سوک دے کار جا کے کدی ارت پڑھ لیو، درمت بد جو پیو تے بکھلی پت کملی۔ کہندے نے جیڑا درمت مد نو پیندا ویشوا گمن دے برابر ہے، اے گرو گرنتھ صاحب۔ رام رسائن جو رتے نانک سچ عملی،
ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ। ਗੁਰੂ ਸਾਹਿਬ ਕਹਿੰਦੇ ਨੇ ਸੁਰਸਰੀ ਸਰਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨਗ। ਮੇਰੇ ਕਿਰਪਾਲੂ ਜੀ ਕਹਿਣ ਲੱਗੇ ਪਰ ਨਾਰੀ ਜੁਆ ਅਸਤ ਚੋਰੀ ਮਦਰਾ ਗਿਆਨ ਪਾਂਚ ਐਬ ਜੇ ਤਖਤ ਮੈਂ ਤਜੇ ਸੋ ਸਿੰਘ ਸਜਾਨ। ਜਿਹੜਾ ਪੰਜ ਬ੍ਰਹਿਤਾਂ ਨੂੰ ਧਾਰਨ ਕਰਦਾ ਹੈ, ਚਾਰ ਵਜਰ ਕ੍ਰਹਿਤਾਂ ਤੋਂ ਵਾਜਾ ਹੈ, ਨਾਮ ਬਾਣੀ ਦਾ ਅਭਿਆਸ ਕਰਦਾ ਹੈ ਤੇ ਜਦੋਂ ਸਿੱਖ ਨਾਮ ਵਿਚ ਗੁਣੰਦ ਹੋ ਕੇ ਨਿਕਲਦਾ ਓਹਨੂੰ ਫਿਰ ਗੁਰੂ ਕਹਿੰਦਾ ਸੀ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਦੀ ਅੰਗਦ ਕੋ ਕੀਨੀਓ ਸ਼ੰਕ ਨਾ ਕਰੀ ਜੈ ਸਾਵਧਾਨ ਹੋਏ ਦੀਜੈ ਅਬ ਅੰਮ੍ਰਿਤ ਛਕਾਓ ਮੋਹੇ ਜੈਸੇ ਤੁਮ ਲੀਨੀਓ। ਪੰਜਾਂ ਨੇ ਅੰਮ੍ਰਿਤ ਛਕਿਆ ਤੇ ਜਦੋਂ ਕਲਗੀਧਰ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਭਾਵੇਂ ਅਸੀਂ ਕਹਿੰਦੇ ਆ ਪੁੱਛਿਆ ਵੀ ਤੁਸੀਂ ਕੀ ਦਿਓਗੇ, ਪਰ ਜਦੋਂ ਗੁਰੂ ਨੇ ਅੰਮ੍ਰਿਤ ਦੇ ਦਿੱਤਾ ਸਿੱਖ ਨੇ ਕੀ ਸ਼ਰਤ ਲਾਣੀ ਸੀ, ਕਿਉਂਕਿ ਅੰਮ੍ਰਿਤ ਦੇਣ ਵਾਲੇ ਦੇ ਸਾਹਮਣੇ ਸ਼ਰਤ ਹੀ ਕੋਈ। ਉਹ ਕਿਰਪਾਲੂ ਏ, ਫਿਰ ਉਹਨਾਂ ਕਹਿ ਦਿੱਤਾ ਮੈਂ ਤੈਨੂੰ ਦਿਆਂਗਾ ਕਿ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨਿਕੋ, ਆਕੇ ਫਲੈ ਇਨਹੀ ਕੋ ਦਿਓ ਅਰ ਜਗ ਮੈਂ ਜਸ ਔਰ ਦਿਓ ਸਭ ਤੁਈ ਕੋ, ਮੈਂ ਤੈਨੂੰ ਕੀ ਦਿਆਂਗਾ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਤੇ ਸਿਰ ਲਓ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਧਨ ਹੈ ਸਭੀ ਇਨਹੀ ਕੋ। ਜਦੋਂ ਕਿਹਾ ਮੇਰਾ ਸਭ ਕੁਝ ਤੇਰਾ, ਹੱਥ ਜੋੜ ਕੇ ਕਿਹਾ ਮੈਨੂੰ ਅੰਮ੍ਰਿਤ ਦੇ, ਉਦੋਂ ਅੰਮ੍ਰਿਤ ਦੀ ਦਾਹ ਛਕਣ ਲੱਗੇ। ਉਧਰੋਂ ਫਿਰ ਇੱਕ ਆਵਾਜ਼ ਉੱਠੀ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਅੱਜ ਗੁਰੂ ਛਕਦਾ ਪਿਆ ਲੋਕੋ ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ। ਆਵਾਜ਼ ਕਹਿ ਰਹੀ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਸ ਆਵਾਜ਼ ਨੇ ਬ੍ਰਹਿਮੰਡ ਤੱਕ ਆਪਣੇ ਸ਼ਬਦ ਨੂੰ ਪਹੁੰਚਾਇਆ। ਆਓ ਗੁਰੂ ਕੇ ਸਿੱਖੋ ਆਗਿਆ ਮੰਨ ਲਈਏ, ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਅੰਮ੍ਰਿਤ ਨਾਲ ਜੁੜ ਜਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।